देशवा पर मोहे हैं, शुभ कर्मन्ते कभो न डरूं, न डरूं और सोच अब चाय लड़ूं, निश्चय कर अपनी जीत करूं। पूरा तू न करे ते होर करूं केड़ा, पूरा तू न करे ते होर करूं केड़ा, इन्हां सब्बे जरूरतां मेरियां नूं, कोई कुछ मंगे ते कोई कुछ मंगे, मैं तां मंगदी रहमतां तेरियां नूं। उस परमात्मा दी मेहर दी सदका असीं प्रोग्राम लै के तुहाडी सेवा विच हाज़र होए हाँ। खालसा राज किवें बणिया? पहले कुछ भागां विच असीं तुहानूं दसदे रहे कि किस तरह बाहरों हमलावर आके हिंदुस्तान नूं डराउंदे रहे जां धमकाउंदे रहे, कुछ भी कह सकदे हो तुसीं। ते गल्लबात चल रही सी साडी पिछले प्रोग्राम दे विच कि बाबर वेले गुरू नानक देव जी अहमदाबाद विच सन, किस तरह उहनां दी पहली मुलाकात होई, ते उहनां दा जिहड़ा इह हवाला है जिन्ना उहनां दी उन्हां दे बारे गुरबाणी विच भी जिहड़े हवाले मिलदे उहदे बारे भी असीं थोड़ी जी गल कीती सी। ते प्रोग्राम शुरू करन तों पहलां मैं तुहानूं दस्सदी जावां कि हमेशा दी तरह मेरा साथ देणगे मेरे बहुत ही सत्कारयोग वीर जी रणजीत सिंह राणा, उहनां नूं असीं फतेह बोलने। वीर जी वाहिगुरू जी का खालसा वाहिगुरू जी की फतेह। बहुत बहुत धन्यवाद, तुसीं हमेशा दी तरह साडा साथ देंदे हो, अपने रजेवियां पर टाइम टू टाइम कढ़दे क्योंकि तुसीं बहुत बिजी रहिंदे हो। जिद्दां तुसीं साहिब मैगजीन दे एडिटर, बहुत कुछ इकट्ठा करना पैंदा एक मैगजीन नूं चलाउण वास्ते। पढ़न वास्ते तां आसान है कि सानूं मिल जांदा है, पर उहदे पिछे मेहनत बहुत हुंदी है। हांजी, तां असीं गल्लबात कर रहे सी पिछले, जिद्दां असीं गुरू नानक देव जी ने जिहड़े शब्द उचारे आ, खुरासान खसमाना किया हिंदुस्तान डराया, इहदे बारे थोड़ा जिहा होर भी विस्तार दे नाल सानूं दस्सो। बिल्कुल, शब्द आपां पढ़ दिता सी, हांजी, उहदी गल आपां मुढली दो पंक्तियां दी कर ली सी जी। इत्थे एक गल मैं सांझी जरूर कर लैना, जरूर कोई उपलेखा ना पै जावे, हांजी, क्योंकि दो तिन्न वारी शब्द बाबर वाणी कहा होया, हांजी। गुरबाणी दे चार शब्द ने गुरू नानक साहिब दे चारण कीते हुए जिहड़े बाबर दे हमले वेले चारण कीते, ठीक है, ते उहदे विच शब्द आया ਬਾਬਰ ਬਾਣੀ, ਬਾਬਰ ਬਾਵੇ ਨਾਲ ਹੈ, ਬਾਣੀ ਨਾਲ ਜਦੋਂ ਬਾਣੀ ਆਉਣੀ ਆ, ਗੁਰਬਾਣੀ ਉਹਦੇ ਬੱਬੇ ਨਾਲ ਹੈ, ਉਹਦਾ ਬਾਣੀ ਹੈ। ਬਾਬਰ ਬਾਣੀ ਫਿਰ ਗਏ ਸਾਰੇ, ਕੋਈ ਨਾ ਰੋਟੀ ਖਾਏ, ਤੇ ਉਹ ਬਾਬਰ ਬਾਣੀ ਫਿਰ ਗਈ ਸਾਰੇ, ਉਹਦੇ ਤੋਂ ਜਿਹੜੇ ਵਿਦਵਾਨ ਸੀ ਇਹਨਾਂ ਸ਼ਬਦਾਂ ਨੂੰ, ਉਹਨਾਂ ਨੇ ਇਕੱਠੇ ਕਰਕੇ ਚਾਰਾਂ ਸ਼ਬਦਾਂ ਨੂੰ ਬਾਬਰ ਬਾਣੀ ਦੇ ਨਾਂ ਥੱਲੇ ਇਹਨਾਂ ਦੀ ਅਨਾਲਿਸਿਸ ਕਰਨਾ ਸ਼ੁਰੂ ਕਰ ਦਿੱਤਾ, ਤੇ ਉਹ ਇਤਿਹਾਸ ਦੀ ਗੱਲ ਹੈ। ਹਾਂਜੀ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਰ ਬਾਣੀ ਨਾਂ ਦੀ ਕੋਈ ਬਾਣੀ ਨਹੀਂ ਹੈ, ਠੀਕ ਹੈ, ਇਹ ਗੱਲ ਜਿਹੜੀ ਕਿ ਬਿਲਕੁਲ, ਇਸੇ ਕਰਕੇ ਸ਼ਬਦ ਵੱਖ ਵੱਖ ਥਾਵਾਂ 'ਤੇ ਅੰਕਿਤ ਨੇ, ਅੰਕਿਤ। ਇੱਕ ਸ਼ਬਦ ਜਿਹੜਾ ਆਪਾਂ ਪਹਿਲਾਂ ਪੜ੍ਹ ਲਿਆ, ਯਾਨੀ ਕਿ ਸੁਣਾ ਲਿਆ, ਸਾਂਝਾ ਕਰ ਲਿਆ ਸੰਗਤਾਂ ਨਾਲ, ਉਹ ਹੈਗਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 360 ਦੇ ਉੱਤੇ, ਠੀਕ ਹੈ। ਜਿਹੜੀ ਮੈਂ ਦੋ ਅਸ਼ਟਪਦੀਆਂ ਦੀ ਗੱਲ ਕੀਤੀ, ਉਹ ਵੀ ਆਸਾ ਰਾਗ 'ਚ, ਜਿਹੜੀਆਂ ਦੋ ਅਸ਼ਟਪਦੀਆਂ ਦੀ ਗੱਲ ਕੀਤੀ ਆਸਾ ਰਾਗ ਦੀਆਂ, ਦੋਨੇ ਇਕੱਠੀਆਂ ਆ, ਠੀਕ ਹੈ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 417 ਤੋਂ ਸ਼ੁਰੂ ਹੋ ਕੇ 418 ਤੱਕ ਜਾਂਦੀਆਂ, ਠੀਕ ਹੈ, ਦੋਨੇ ਅਸ਼ਟਪਦੀਆਂ, ਹਾਂਜੀ, ਇੱਕ ਤੋਂ ਬਾਅਦ ਦੂਜੀ ਜੀ। ਅਤੇ ਇੱਕ ਸ਼ਬਦ ਜਿਹੜਾ ਆ ਤਲੰਗ ਰਾਗ ਦੇ ਵਿੱਚ ਜੀ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 722 ਪੰਨੇ ਤੋਂ ਸ਼ੁਰੂ ਹੋ ਜਾਂਦਾ, ਹਾਂਜੀ, 723 ਦੇ ਉੱਪਰ ਤੱਕ ਚਲੇ ਜਾਂਦਾ ਹੈਗਾ ਆ, 722 ਦੇ ਥੱਲੇ ਸ਼ੁਰੂ ਹੋ ਕੇ, ਹਾਂਜੀ, 723 ਦੇ ਅੰਗ ਤੱਕ ਉੱਤੇ ਤੱਕ ਚਲੇ ਜਾਂਦਾ ਹੈਗਾ, ਹਾਂਜੀ। ਸੋ ਵੱਖ ਵੱਖ ਸ਼ਬਦ ਆ ਜੀ, ਬਾਬਰ ਬਾਣੀ ਨਾਂ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਪਰ ਜਦੋਂ ਆਪਾਂ ਅੰਮ੍ਰਿਤ ਕੀਰਤਨ, ਹਾਂਜੀ, ਜਿੱਥੋਂ ਆਮ ਤੌਰ 'ਤੇ ਰਾਗੀ ਜਿੱਥੇ ਢਾਡੀ ਜਿੱਥੇ ਕੀਰਤਨ ਕਰਦੇ, ਬਹੁਤ ਪੁਰਾਣੀ ਪੋਥੀ ਆ ਔਰ ਬੜੀ ਬੜੀ ਮਿਹਨਤ ਨਾਲ ਤਿਆਰ ਕੀਤੀ ਜਿਹਨਾਂ ਵੀਰਾਂ ਨੇ ਤਿਆਰ ਕੀਤੀ ਆ ਜੀ, ਔਰ ਉਹਦੇ ਵਿੱਚ ਚਾਰੇ ਸ਼ਬਦ ਇਕੱਠੇ ਕੀਤੇ ਆ, ਉਹਨੇ ਵੀ ਬਾਬਰ ਬਾਣੀ ਦੇ ਨਾਂ ਥੱਲੇ ਨਹੀਂ ਕੀਤੇ, ਉਹਨੇ ਇੱਕ ਟਾਈਟਲ ਬਣਾਇਆ, 33 ਮਾਰ ਪਈ ਕੁਰਲਾਣੇ, ਇਹਦੇ ਨਾਂ ਥੱਲੇ ਦਰਜ ਕੀਤੇ ਹੋਏ ਆ ਅੰਮ੍ਰਿਤ ਬਾਣੀ ਦੇ ਵਿੱਚ। ਪਰ ਜਦੋਂ ਯੂਨੀਵਰਸਿਟੀ ਤੌਰ 'ਤੇ ਅਧਿਐਨ ਕੀਤਾ ਜਾਂਦਾ ਇਹਨਾਂ ਚਾਰਾਂ ਸ਼ਬਦਾਂ ਦਾ, ਇਤਿਹਾਸ ਨਾਲ ਜੋੜ ਕੇ ਕੀਤਾ ਜਾਂਦਾ, ਜਿੱਦਾਂ ਆਪਾਂ ਅੱਜ ਇਤਿਹਾਸ ਨਾਲ ਜੋੜ ਕੇ ਗੱਲ ਕਰ ਰਹੇ ਹਾਂ, ਉਹਦੇ ਨੂੰ ਬਾਬਰ ਬਾਣੀ ਦਾ ਨਾਂ ਦਿੱਤਾ, ਕਿ ਉਹ ਬਾਬਰ ਬਾਣੀ ਬਾਬਰ ਦੇ ਵੇਲੇ ਉਚਾਰਨ ਕੀਤੇ ਹੋਏ ਸ਼ਬਦ ਗੁਰੂ ਨਾਨਕ ਦੇਵ ਦੇ ਹੈ ਗੁਰਬਾਣੀ, ਪਰ ਬਾਬਰ ਦੇ ਵੇਲੇ ਉਚਾਰਨ ਕੀਤੀ, ਬਾਬਰ ਨੂੰ ਸੰਬੋਧਨ ਹੋ ਕੇ ਉਚਾਰਨ ਕੀਤੀ, ਇਹਨੂੰ ਕਹੋ ਬਾਬਰ ਦੇ ਹਮਲੇ ਵੇਲੇ ਉਚਾਰਨ ਕੀਤੀ, ਉਸ ਸਮੇਂ ਦੇ ਹਾਲਾਤ ਦਾ ਜ਼ਿਕਰ ਕੀਤੀ। ਸੋ ਮੈਂ ਗੱਲ ਸਪਸ਼ਟ ਕਰਦਾ ਕਿ ਕੋਈ ਕੱਲ੍ਹ ਨੂੰ ਕੋਈ ਗੁਰੂ ਗ੍ਰੰਥ ਸਾਹਿਬ 'ਚ ਬਾਬਰ ਬਾਣੀ ਦੇ ਸ਼ਬਦ ਨਾਲ ਲੱਭਦਾ, ਫਿਰ ਇਹ ਚਾਰ ਸ਼ਬਦ ਵੱਖ ਵੱਖ ਥਾਂ ਦੇ ਵੱਖ ਵੱਖ ਅੰਗਾਂ ਤੇ ਆ, ਔਰ ਇਹਨਾਂ ਦੇ ਨਾਂ ਬਾਬਰ ਬਾਣੀ ਨਾਂ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਹੈਗੀ। ਠੀਕ ਹੈ, ਯੂਨੀਵਰਸਿਟੀ ਪੱਧਰ ਦੇ ਉੱਤੇ ਅਧਿਐਨ ਦੇ ਉੱਤੇ ਇਤਿਹਾਸ ਦੇ ਅਧਿਐਨ ਦੇ ਲਈ ਇਹ ਚਾਰ ਸ਼ਬਦ ਇਕੱਠੇ, ਜਿੱਦਾਂ ਆਪਾਂ ਕਹਿ ਦੇ ਕਿ ਆ ਟਾਈਟਲ ਦੇ ਥੱਲੇ ਆ ਸ਼ਬਦ ਦਿੱਤੇ ਗਏ ਆ, ਪਰ ਅੰਮ੍ਰਿਤ ਕੀਰਤਨ ਜਿਹੜਾ ਟਾਈਟਲ ਆ ਉਹ ਹੈਗਾ 33 ਮਾਰ ਪਈ ਕਰਲਾਣੀ, ਠੀਕ ਸੋ ਇਹ ਹੈਗਾ। ਹਾਂਜੀ, ਤੁਸੀਂ ਜਿਹੜਾ ਸਵਾਲ ਕਰਦੇ ਮੈਨੂੰ ਦੁਬਾਰਾ ਕਰ ਲਓ, ਹਾਂਜੀ ਨਿਕਲ ਗਿਆ ਸਵਾਲ ਜਵਾਬ। ਨਹੀਂ ਨਹੀਂ ਨਹੀਂ, ਇਹ ਤੁਸੀਂ ਬਹੁਤ ਸੋਹਣਾ ਕੀਤਾ ਕਿ ਕਲੈਰੀਫਾਈ ਕਰ ਦਿੱਤਾ, ਕਈ ਵਾਰ ਸਾਡੇ ਭੈਣ ਭਰਾ ਨੂੰ ਅੱਧੀ ਗੱਲ ਸੁਣੀ ਹੁੰਦੀ ਹੈ ਤਾਂ ਉਹਦੇ ਪਿੱਛੇ ਕਈ ਵਾਰ ਉਹ
ਬਹਿਸ ਸ਼ੁਰੂ ਹੋ ਜਾਂਦੀ ਹੈ, ਪਰ ਅਸੀਂ ਨਹੀਂ ਚਾਹੁੰਦੇ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਕਿ ਆਪਾਂ ਸਪਸ਼ਟ ਹੋਈਏ ਜਿੰਨਾ ਹੁੰਦਾ, ਹਾਂਜੀ ਸਪਸ਼ਟੀਕਰਨ ਕਰ ਰਹੇ ਤੇ। ਹਾਂਜੀ, ਇੱਕ ਸ਼ਬਦ ਬਾਰੇ ਤੁਸੀਂ ਸਾਨੂੰ ਇਹ ਜਿੱਦਾਂ ਦੱਸਿਆ ਸੀ, ਤੁਸੀਂ ਕਿਹਾ ਦੋ ਸ਼ਬਦ ਆ, ਇੱਕ ਸ਼ਬਦ ਆਪਾਂ ਸੁਣਾਤਾ, ਚਾਰ ਸ਼ਬਦ ਟੁੱਟ ਲਿਆ, ਚਾਰ ਸ਼ਬਦ। ਆਸਾ ਰਾਗ ਦੇ ਵਿੱਚ ਦੋ ਅਸ਼ਟਪਦੀਆਂ ਹੋਰ ਆ, ਇੱਕ ਆਪਾਂ ਸ਼ਬਦ ਸੁਣਾਤਾ ਆਸਾ ਰਾਗ ਵਾਲਾ, ਦੋ ਅਸ਼ਟਪਦੀਆਂ ਆ ਜੀ, ਤੇ ਹਰ ਇੱਕ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਜਿਹੜਾ ਗੁਰਬਾਣੀ ਦੇ ਵਿੱਚ ਆ, ਪਰਮਾਤਮਾ ਦੀ ਸਰਵਵਿਆਪਕਤਾ, ਹਾਂਜੀ, ਪਰਮਾਤਮਾ ਦੀ ਸਰਵ ਸਮਰੱਥਾ ਦਾ ਜ਼ਿਕਰ ਜ਼ਰੂਰ ਆ। ਠੀਕ ਹੈ, ਜਿਵੇਂ ਪਹਿਲਾ ਸ਼ਬਦ ਵੀ ਆਪਾਂ ਸੁਣਾਇਆ ਸੀਗਾ, ਉੱਥੇ ਬੇਸ਼ੱਕ ਬਾਬਰ ਦੇ ਹਮਲੇ ਦੀ ਜ਼ਿਕਰ ਕੀਤੀ ਗਈ, ਬੇਸ਼ੱਕ ਖੁਰਾਸਾਨ ਦੇ ਹਾਕਮ ਤਕੜੇ ਹੋ ਗਏ, ਉਹਨਾਂ ਨੇ ਖੁਰਾਸਾਨ ਨੂੰ ਸੰਭਾਲਿਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾ, ਹਿੰਦੁਸਤਾਨ ਦੇ ਵਿੱਚ ਫੁੱਟ ਪਈ ਹੋਈ ਆਪਸ ਦੇ ਵਿੱਚ, ਇੱਥੋਂ ਦੇ ਆ ਕੇ ਹਮਲਾਵਰ ਹੋ ਕੇ ਲੁੱਟ ਕੇ ਲਿਜਾ ਰਹੇ ਆ। ਪਰ ਗੁਰੂ ਨਾਨਕ ਸਾਹਿਬ ਨੇ ਨਾਲ ਇਹ ਗੱਲ ਵੀ ਕਹਿਤੀ, ਕਰਤਾ ਤੂੰ ਸਭਨਾ ਕਾ ਸੋਈ, ਤੂੰ ਸਾਰਿਆਂ ਦੇ ਇੱਕੋ ਜਿਹਾ, ਇਹ ਨਹੀਂ ਕਿ ਜੇ ਕੋਈ ਤਕੜਾ ਹੋ ਗਿਆ ਤੇ ਤੂੰ ਉਹਦੀ ਜ਼ਿਆਦਾ ਮਦਦ ਕਰ ਰਿਹਾ, ਹਾਂਜੀ ਹਾਂਜੀ, ਕੋਈ ਦੁਨਿਆਵੀ ਤੌਰ ਤੇ ਤਕੜਾ ਹੋ ਗਿਆ ਤੇ ਇਹਦਾ ਇਹ ਮਤਲਬ ਨਹੀਂ ਕਿ ਤੂੰ ਉਹਦੀ ਜ਼ਿਆਦਾ ਮਦਦ ਕਰ ਰਿਹਾ, ਹਾਂਜੀ ਹਾਂਜੀ, ਕਰਤਾ ਤੂੰ ਸਭਨਾ ਕਾ ਸੋਈ, ਤੂੰ ਸਾਰਿਆਂ ਦਾ ਇੱਕੋ ਜਿਹਾ ਆ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਜੇ ਤਾਕਤਵਰ ਤਾਕਤਵਰ ਨੂੰ ਆ ਕੇ ਮਾਰਦਾ ਆ, ਕੁੱਟਦਾ ਆ, ਲੁੱਟਦਾ ਤੇ ਮਨ ਦੇ ਵਿੱਚ ਰੋਸ ਨਹੀਂ ਹੋਣਾ ਚਾਹੀਦਾ, ਹਾਂਜੀ, ਕਿਉਂਕਿ ਤੂੰ ਸਾਰਿਆਂ ਦੇ ਇੱਕੋ ਜਿਹਾ ਹੀ ਆ, ਤੇ ਜੇ ਕਿਸੇ ਨੇ ਦੁਨਿਆਵੀ ਤੌਰ ਤੇ ਆਪਣੀ ਤਾਕਤ ਇਕੱਠੀ ਕਰ ਲਈ ਆ, ਦੁਨਿਆਵੀ ਤੌਰ ਤੇ ਕੋਈ ਤਾਕਤਵਰ ਹੋ ਗਿਆ ਆ, ਤੇ ਉਹ ਤਾਕਤਵਰ ਦੂਜੇ ਤਾਕਤਵਰ ਨੂੰ ਮਾਰਦਾ ਆ, ਇਹ ਗੁਰਨਾਮ ਸਾਹਿਬ ਦਾ ਇੱਥੇ ਇਸ਼ਾਰਾ ਕਿ ਜਿਹੜੇ ਹਿੰਦੁਸਤਾਨ ਦੇ ਉੱਤੇ ਹਾਕਮ ਆ ਕੇ ਬੈਠੇ ਸੀ, ਲੋਧੀ ਹਾਕਮ, ਉਹ ਵੀ ਤਾਂ ਬਗਾਨੇ ਸੀ, ਉਹ ਵੀ ਤਾਂ ਕਦੀ ਤਾਕਤਵਰ ਹੋ ਕੇ ਆਏ ਸੀ, ਉਹਨਾਂ ਨੇ ਹਿੰਦੁਸਤਾਨ ਨੂੰ ਆ ਕੇ ਲੁੱਟਿਆ ਸੀ, ਕੁੱਟਿਆ ਸੀ, ਇੱਥੋਂ ਦੇ ਲੋਕਾਂ ਨੂੰ ਆ ਕੇ ਬੇਅਦਬ ਕੀਤਾ ਸੀ, ਸਿਕੰਦਰ ਲੋਧੀ ਜਿਹੜੇ ਲੋਧੀ ਖਾਨਦਾਨ ਦੇ ਉੱਤੇ ਹਮਲਾ ਕੀਤਾ, ਤੇ ਤਿੰਨ ਬਾਦਸ਼ਾਹ ਹੋਏ ਸਿਕੰਦਰ ਲੋਧੀ ਇਸ ਖਾਨਦਾਨ ਦੇ, ਹਾਂਜੀ, ਇਸ ਪਹਿਲਾਂ ਸਿਕੰਦਰ ਲੋਧੀ ਸੀਗਾ, ਅੱਛਾ ਜੀ, ਫਿਰ ਬਹਿਲੋਲ ਲੋਧੀ ਸੀ, ਫਿਰ ਇਬਰਾਹਿਮ ਲੋਧੀ ਸੀ, ਇਬਰਾਹਿਮ ਲੋਧੀ ਨੂੰ 1526 ਚ ਪਾਣੀਪਤ ਦੀ ਜੰਗ ਚ ਬਾਬਰ ਨੇ ਹਰਾਇਆ ਸੀ। ਸਿਕੰਦਰ ਲੋਧੀ ਪਹਿਲਾ ਬਾਦਸ਼ਾਹ ਸੀ ਬਹੁਤ ਵੱਡੇ ਪੱਧਰ ਤੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਮੰਦਰਾਂ ਨੂੰ ਢਾਇਆ, ਮੂਰਤੀਆਂ ਨੂੰ, ਇਹਨਾਂ ਦਾ ਯਾਨੀ ਕਿ ਇਬਰਾਹਿਮ ਲੋਧੀ ਦਾ ਦਾਦਾ ਉਹ ਸੀਗਾ। ਤੇ ਗੁਰੂ ਨਾਨਕ ਸਾਹਿਬ ਦਾ ਇੱਥੇ ਇਸ਼ਾਰਾ ਕਿ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਉਹ ਵੀ ਤਾਂ ਤਾਕਤਵਰ ਬਣੇ ਸੀ, ਉਹ ਵੀ ਤਾਂ ਤਾਕਤ ਵਾਲੇ ਬਣੇ ਸੀ, ਉਹਨਾਂ ਨੇ ਵੀ ਜ਼ੋਰ ਦੇ ਨਾਲ ਜ਼ੁਲਮ ਦੇ ਨਾਲ ਇੱਥੋਂ ਦੇ ਲੋਕਾਂ ਨੂੰ ਦਬਾਇਆ ਸੀ, ਹੁਣ ਉਹਨਾਂ ਕੋਲ ਵੱਡੀ ਤਾਕਤ ਲੈ ਕੇ ਆ ਗਿਆ, ਹਾਂਜੀ, ਤੇ ਕਾਹਦਾ ਰੋਸ ਫਿਰ, ਹਾਂਜੀ, ਕਰਤਾ ਤੂੰ ਸਭਨਾ ਕਾ ਸੋਈ, ਤੂੰ ਤਾਂ ਸਾਰਿਆਂ ਦਾ ਇੱਕੋ ਜਿਹਾ ਆ, ਇਹਨਾਂ ਨੇ ਤਾਕਤਵਰ ਬਣ ਕੇ ਕਦੀ ਗਰੀਬਾਂ ਨੂੰ ਤੰਗ ਕੀਤਾ ਸੀ, ਹੁਣ ਇਹਨਾਂ ਦੇ ਕੋਲ ਵੱਡਾ ਤਾਕਤਵਰ ਤੰਗ ਕਰਨ ਲਈ ਆ ਗਿਆ। ਹਾਂਜੀ, ਇਹਦਾ ਵਿਆਖਿਆ ਬਾਅਦ 'ਚ ਗੁਰੂ ਗੋਬਿੰਦ ਸਿੰਘ ਨੇ ਦਸਵੰਧ ਦੇ ਵਿੱਚ ਕੀਤੀ ਹੈ, ਚੰਡੀ ਦੀ ਵਾਰ 'ਚ ਮੈਂ ਉਹ ਵੀ ਕਦੇ ਸਮਾਂ ਆਇਆ ਉੱਥੇ ਜਾ ਕੇ ਆਪਾਂ ਗੱਲ ਕਰਾਂਗੇ, ਪਰ ਇਸ ਗੱਲ ਨੂੰ ਯਾਨੀ ਕਿ ਇੱਥੇ ਰੱਖ ਕੇ ਕਿ ਜੇ ਤਕੜਾ ਤਕੜੇ ਨੂੰ ਮਾਰਦਾ ਤਾਂ ਮਨ 'ਚ ਰੋਸ ਨਹੀਂ ਹੋਣਾ ਚਾਹੀਦਾ। ਬਿਲਕੁਲ, ਪਰ ਗੁਰੂ ਨਾਨਕ ਸਾਹਿਬ ਨਾਲ ਇੱਕ ਗੱਲ ਹੋਰ ਕਹੀ ਆ ਕਿ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਤੇ ਅਗਲੀ ਪੰਕਤੀ ਕਹਿੰਦੇ ਸਖਤਾ ਸੀ ਮਾਰੇ ਪੈ ਵੱਗੇ ਖਸਮੇ ਸਾ ਪਰਸਾਈ, ਕਿ ਜੇ ਬੱਕਰੀਆਂ ਦੇ ਵੱਗ ਦੇ ਉੱਤੇ ਜਾਂ ਗਾਵਾਂ ਦੇ ਵੱਗ ਦੇ ਉੱਤੇ ਜਾਂ ਮੱਝਾਂ ਦੇ ਵੱਗ ਦੇ ਉੱਤੇ ਵੱਗ ਦੇ ਉੱਤੇ ਕੋਈ ਤਾਕਤਵਰ ਸ਼ੇਰ ਆ ਕੇ ਹਮਲਾ ਕਰ ਦੇਵੇ, ਹਾਂਜੀ, ਭੇਡਾਂ ਦੇ ਉੱਤੇ ਆ ਕੇ, ਬੱਕਰੀਆਂ ਦੇ ਉੱਤੇ ਜਾਂ ਗਾਵਾਂ ਦੇ ਜਾਂ ਮੱਝਾਂ ਦੇ ਉਸ ਵੱਗ ਦੇ ਉੱਤੇ, ਭੇਡਾਂ ਦਾ ਤੇ ਬੱਕਰੀਆਂ ਦਾ ਇੱਜੜ ਹੁੰਦਾ, ਹਾਂਜੀ ਹਾਂਜੀ, ਆਪਣਾ ਜਿਹੜਾ ਸ਼ਬਦ ਹੈ, ਹਾਂਜੀ, ਗਾਵਾਂ ਤੇ ਮੱਝਾਂ ਦਾ ਵੱਗ ਹੁੰਦਾ, ਕਿ ਗਾਵਾਂ ਤੇ ਮੱਝਾਂ ਦੇ ਉਸ ਵੱਗ ਦੇ ਉੱਤੇ ਜਾਂ ਭੇਡਾਂ ਬੱਕਰੀਆਂ ਦੇ ਇੱਜੜ ਦੇ ਉੱਤੇ, ਗੁਰੂ ਨਾਨਕ ਸਾਹਿਬ ਦੇ ਸ਼ਬਦ ਸਰਵ ਵਿਆਪਕ ਕਈ ਅਰਥਾਂ 'ਚ ਗੁਰਬਾਣੀ ਲਈ ਜਾਂਦੀ ਦੇ ਸ਼ਬਦ ਲੈ ਜਾਂਦੇ, ਸ਼ਕਤਾ ਸੀ ਮਾਰੇ ਪੈ ਵੱਗੇ ਖਸਮੇ ਸਾ ਪਰਸਾਈ, ਜੇ ਕਦੇ ਇੱਜੜ ਦੇ ਉੱਤੇ ਭੇਡਾਂ ਬੱਕਰੀਆਂ ਦੇ ਇੱਜੜ ਉੱਤੇ ਜਾਂ ਗਾਵਾਂ ਤੇ ਮੱਝਾਂ ਦੇ ਵੱਗ ਦੇ ਉੱਤੇ ਤਾਕਤਵਰ ਸ਼ੇਰ ਆ ਕੇ ਹਮਲਾ ਕਰ ਦੇਵੇ, ਤੇ ਫਿਰ ਉਹਨਾਂ ਨੇ ਰੱਖਿਆ ਕਿੰਨੀ ਕਰਨੀ ਹੁੰਦੀ ਆ, ਖਸਮੇ ਸਾ ਪਰਸਾਈ, ਜਿਹੜਾ ਉਹਨਾਂ ਦਾ ਖਸਮ ਹੁੰਦਾ ਇੱਜੜ ਦਾ ਮਾਲਕ ਹੁੰਦਾ ਉਹਦਾ ਫਰਜ਼ ਬਣਦਾ ਫਿਰ ਰੱਖਿਆ ਉਹਨਾਂ ਦੀ ਕਰੇ। ਬਿਲਕੁਲ ਜੀ, ਹਾਂਜੀ, ਖਸਮੇ ਸਾ ਪਰਸਾਈ, ਹਾਂਜੀ, ਤੇ ਪਰ ਗੁਰੂ ਨਾਨਕ ਸਾਹਿਬ ਨੇ ਗਾਂਧੀ ਇਕਬਾਲ ਦੀ ਗੱਲ ਕਹੀ ਆ ਕਿ ਕਿਉਂਕਿ ਜਿਹੜੇ ਹਿੰਦੁਸਤਾਨ ਦੇ ਆਮ ਲੋਕ ਸੀਗੇ ਉਹ ਵੱਗ ਵਾਂਗੂ ਲੈ ਕੇ ਉਹਦੀ ਇੱਕ ਲੈ ਲਓ ਗੱਲ, ਭੇਡਾਂ ਮੱਝਾਂ ਬੱਕਰੀਆਂ ਲੈ ਲਓ, ਕਮਜ਼ੋਰ ਲੈ ਲਓ, ਉਹ ਮੱਝਾਂ ਗਾਵਾਂ ਦੀ ਇੱਜ਼ਤ, ਆਮ ਲੋਕ ਵੱਗ ਵਾਂਗੂ ਹੁੰਦੇ, ਆਮ ਜਨਤਾ ਵੱਗ ਵਾਂਗੂ ਹੁੰਦੀ, ਉਹਨੂੰ ਹੱਕਣਾ ਹੁੰਦਾ ਹਾਕਮਾਂ ਨੇ, ਜਿਹੜੇ ਹਾਕਮ ਹੁੰਦੇ ਆ ਉਹਨਾਂ ਦੇ ਚਰਵਾਹੇ ਹੁੰਦੇ ਆ, ਤੇ ਕਹਿੰਦੇ ਜਿਹੜੇ ਇਹਨਾਂ ਦੇ ਖਸਮ ਸੀਗੇ, ਖਸਮੇ ਸਾਹਿਬ ਪਰਸਾਈ ਜਿਹਨਾਂ ਦੇ ਮਾਲਕ ਬਣੇ ਬੈਠੇ ਸੀਗੇ, ਉਹ ਇੰਨੇ ਕਮਜ਼ੋਰ ਹੋ ਗਏ, ਇੰਨੇ ਕਮਜ਼ੋਰ ਹੋ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਸ ਹਿੰਦੁਸਤਾਨ ਦੀ ਤਾਕਤ ਕਿੰਨੀ ਵੱਡੀ ਸੀ, ਕਿੰਨੀ ਵੱਡੀ ਸੀ, ਇਸ ਫਲਸਫੇ ਨੂੰ ਮੰਨਣ ਵਾਲਿਆਂ ਦੀ ਤਾਕਤ ਕਿੰਨੀ ਵੱਡੀ ਸੀ, ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਬੜਾ ਪਿਆਰਾ ਵਰਤਿਆ ਸੀ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਖਾਈ, ਕਿ ਜਿਹੜਾ ਹਿੰਦੁਸਤਾਨ ਰਤਨਾਂ ਵਾਲਾ ਸੀ, ਜਿਹੜੀ ਸੋਨੇ ਦੀ ਚਿੜੀ ਹੁੰਦੀ ਸੀਗੀ, ਜਿਹੜਾ ਕਿਉਂਕਿ ਉੱਤੇ ਵੰਡ ਕਰ ਆਇਆ ਸਾਨੂੰ ਇਸ ਫਲਸਫੇ ਨੂੰ ਮੰਨਣ ਵਾਲਿਆਂ ਦੀ, ਜਿਹੜਾ ਉਹ ਹਿੰਦੁਸਤਾਨ ਜਿਹੜਾ ਇਲਾਕਾ ਸੀ ਰਤਨ ਰਤਨਾਂ ਵਾਲਾ ਸੀ, ਸੋਨੇ ਦੀ ਚਿੜੀ ਹੋਇਆ ਕਰਦਾ ਸੀ, ਜਿੱਥੇ ਦੇ ਹਾਕਮ ਕਦੀ ਬੜੇ ਤਕੜੇ ਹੋਇਆ ਕਰਦੇ ਸੀ, ਜਿੱਥੇ ਦੇ ਕਦੀ ਚੰਦਰ ਗੁਪਤ ਵਰਗਾ ਬਾਦਸ਼ਾਹ ਹੋਇਆ ਸੀ, ਜਿੱਥੇ ਦੇ ਕਦੀ ਅਰਜਨ ਤੇ ਭੀਮ ਵਰਗੇ ਵੱਡੇ ਵੱਡੇ ਯੋਧੇ ਹੋਏ ਸਨ, ਜਿੱਥੇ ਕਦੀ ਪ੍ਰਿਥੀਰਾਜ ਚੌਹਾਨ ਨੇ ਲੜਾਈਆਂ ਲੜੀਆਂ ਸਨ, ਉੱਥੇ ਆ ਕੇ ਲੋਧੀ ਹਾਕਮ ਬਣ ਗਿਆ, ਤੇ ਉਹ ਕਿਉਂਕਿ ਸੱਚੇ ਰਖਵਾਰੇ ਨਹੀਂ ਬਣੇ, ਕਿਉਂਕਿ ਉਹ ਵੀ ਵਿਦੇਸੀ ਸਨ, ਵਿਦੇਸੀ ਸਨ, ਤੇ ਉਹ ਛੱਡ ਕੇ ਭੱਜ ਗਿਆ, ਉਹਨਾਂ ਨੂੰ ਇਸ ਧਰਤੀ ਨਾਲ ਇਸ ਸੰਸਕ੍ਰਿਤੀ ਨਾਲ ਪਿਆਰ ਹੀ ਕੋਈ ਨਹੀਂ ਸੀ, ਉਹ ਤਾਂ ਆਪ ਲੁੱਟਣ ਆਏ ਸਨ,
ਉਹਨਾਂ ਨੇ ਰਤਨ ਵਿਗਾੜ ਦਿੱਤਾ। ਵਗੋਏ ਕੁੱਤੀ, ਸਤਿਗੁਰੂ ਨੇ ਉਹਨਾਂ ਦੇ ਸ਼ਬਦ ਫਿਰ ਵਰਤਿਆ, ਜਿਹੜੇ ਭੱਜ ਗਿਆ ਲੁੱਟਦੇ ਰਹਿ ਲੋਕਾਂ ਨੂੰ, ਆਪ ਲੋਕਾਂ ਦੀ ਸਰਮਾਏ ਉੱਤੇ ਐਸ਼ੋਇਸ਼ਰਤ ਕਰਦੇ ਰਹਿ, ਲੋਕਾਂ ਦੇ ਸਰਮਾਏ ਉੱਤੇ ਆਪਣਾ ਰਾਜ ਕਾਇਮ ਰੱਖਿਆ, ਪਰ ਉਹ ਜਦੋਂ ਲੋੜ ਆਇਆ ਸ਼ੇਰ ਦੇ ਨਾਲ ਮੁਕਾਬਲੇ 'ਚ ਸ਼ੇਰ ਬਣ ਕੇ ਲੜਨਾ ਸੀ, ਉਦੋਂ ਕੁੱਤਿਆਂ ਵਾਂਗੂ ਭੱਜ ਗਿਆ। ਰਤਨ ਵਿਗਾੜ ਵਗੋਏ ਕੁੱਤੀ, ਕੁੱਤੇ ਬਣ ਕੇ ਕੁੱਤਿਆਂ ਵਾਂਗੂ ਭੱਜ ਗਿਆ। ਗੁਰੂ ਨਾਨਕ ਸਾਹਿਬ ਦੇ ਐਡੇ ਸਖਤ ਸ਼ਬਦ ਸ਼ਬਦ ਬਹੁਤ ਘੱਟ ਘੱਟ ਗੁਰੂ ਨਾਨਕ ਸਾਹਿਬ ਨੇ ਵਰਤੇ ਆ। ਰਤਨ ਵਿਗਾੜ ਵਗੋਏ ਕੁੱਤੀ, ਮੋਇਆ ਸਾਰ ਨਾ ਕਾਈ, ਪਰ ਜਿਹੜੇ ਪੁਰਾਣੇ ਸਾਡੇ ਵੱਡੇ ਹਾਕ ਜਿਨ੍ਹਾਂ ਨੇ ਇਸ ਫਲਸਫੇ ਦੀ ਉਸਾਰੀ ਕੀਤੀ ਸੀ, ਜਿਨ੍ਹਾਂ ਨੇ ਇਸ ਨੂੰ ਰਤਨਾਂ ਦੀ ਖਾਣ ਬਣਾਇਆ ਸੀ, ਜਿਨ੍ਹਾਂ ਨੇ ਇਸ ਇਲਾਕੇ ਨੂੰ ਸੋਨੇ ਦੀ ਚਿੜੀ ਬਣਾਇਆ ਸੀਗਾ, ਉਹ ਮਰੇ ਪਏ ਕਬਰਾਂ 'ਚ ਪੈ ਆ, ਉਹ ਮਰੇ ਪਏ ਆ, ਉਹ ਤਾਂ ਮੋਇਆ ਸਾਰ ਨਾ ਕਹੀ, ਉਹ ਮਰ ਚੁੱਕਿਆ ਨੂੰ ਕਾਹਦੀ ਸਾਰ ਹੋਣੀ, ਉਹ ਤਾਂ ਮਰ ਚੁੱਕੇ ਆ। ਹਾਂਜੀ, ਇੱਕ ਇਹਦੀ ਇਹ ਅਰਥ ਲੈ ਜਾਂਦੇ ਆ, ਔਰ ਜਿਹੜਾ ਸਾਡਾ ਸੰਪਰਦਾਇ ਟੀਕਾ ਇੱਕ ਸ਼ਬਦ ਕਈ ਕੀ ਅਰਥ ਕਰਦਾ, ਉਹ ਕਹਿੰਦਾ ਜਿਹਨਾਂ ਦੀਆਂ ਜ਼ਮੀਰਾਂ ਹੀ ਮਰ ਗਈਆਂ ਉਹਨਾਂ ਨੂੰ ਕੀ ਸਾਰ। ਇਹ ਵੀ ਬਹੁਤ ਵੱਡੀ ਗੱਲ ਹੈ, ਸੰਤ ਜਨਾਬ ਸਿੰਘ ਪਿੰਡਾਂ ਵਾਲੇ ਕਹਿੰਦੇ ਨਾ ਵੀ ਜ਼ਮੀਰ ਜ਼ਮੀਰ ਦੀ ਮੌਤ ਨੂੰ ਹਾਂਜੀ ਮੈਂ ਆਪਣੀ ਮੌਤ ਸਮਝਦਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹਨਾਂ ਦੀਆਂ ਜ਼ਮੀਰਾਂ ਹੀ ਮਰ ਗਈਆਂ, ਬਿਲਕੁਲ ਮੋਹਿਆ ਸਾਰ ਨਾ ਕਹੀ, ਉਹਨਾਂ ਨੂੰ ਕਾਹਦੀ ਸਾਰ ਪਈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਡੇ ਵੱਡੇ ਵਿਰਸੇ ਦੇ ਮਾਲਕ ਸੀਗੇ। ਹਾਂਜੀ, ਤੇ ਉਹ ਬੜੀ ਕਮਾਲ ਦੀ ਗੱਲ ਹੈ, ਗਾਹਾਂ ਜਾ ਕੇ ਗੱਲ ਬਾਬਰੀ 'ਚ ਬਾਣੀ 'ਚ ਹੋਰ ਵੀ ਆਉਣੀ, ਇਸ ਗੱਲ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਨੇ ਹੋਰ ਆਉਣੀ ਆ, ਪਰ ਇਹ ਜਿਹੜੀ ਇਹ ਸ਼ਬਦ ਦੇ ਵਿੱਚ ਪਹਿਲੇ ਸ਼ਬਦ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਫਲਸਫੇ ਦੀ ਗੱਲ ਕੀਤੀ ਆ, ਔਰ ਜਿਹੜੀਆਂ ਨਾਲ ਨਾਲ ਲਾਹਨਤਾਂ ਪਾਈਆਂ ਅਤੇ ਲੋਕਾਂ ਨੂੰ ਜਾਗਰਤ ਵੀ ਕੀਤਾ ਕਿ ਜਿਹਨਾਂ ਨੂੰ ਤੁਸੀਂ ਸ਼ੇਰ ਸਮਝ ਕੇ ਜਿਹਨਾਂ ਤੋਂ ਡਰਦੇ ਰਹੇ, ਇਹ ਤਾਂ ਕੁੱਤੇ ਵੀ ਨਹੀਂ ਨਿਕਲੇ। ਹਾਂਜੀ, ਰਤਨ ਵਿਗਾੜ ਵਗੋਏ ਕੁੱਤੀ, ਇਹ ਤਾਂ ਭੱਜ ਗਿਆ, ਇਹਨਾਂ ਤੋਂ ਡਰਨ ਦੀ ਲੋੜ ਨਹੀਂ, ਤੁਸੀਂ ਲਾਮਬੰਦ ਹੋਵੋ, ਤੁਸੀਂ ਇਕੱਠੇ ਹੋਵੋ, ਤੇ ਇਹ ਗੁਰੂ ਨਾਨਕ ਸਾਹਿਬ ਇੱਕ ਤਰ੍ਹਾਂ ਦੱਸਿਆ, ਇਹ ਪਹਿਲੀ ਲਾਮਬੰਦੀ ਆ ਗੁਲਾਮੀ ਦੇ ਖਿਲਾਫ, ਇਹ ਪਹਿਲੀ ਲਾਮਬੰਦੀ ਆ ਵਿਦੇਸ਼ੀ ਹਾਕਮਾਂ ਦੇ ਖਿਲਾਫ, ਹੋਰ ਕੋਈ ਨਹੀਂ ਅੜਿਆ ਜੀ। ਔਰ ਕਿਤੇ ਪੂਰਾ ਹਿੰਦੁਸਤਾਨੀ ਲਿਟਰੇਚਰ ਪੜ੍ਹ ਕੇ ਦੇਖ ਲਓ, ਹਿੰਦੁਸਤਾਨੀ ਸਾਹਿਤ ਪੜ੍ਹ ਕੇ ਦੇਖ ਲਓ, ਬਾਬਰ ਦੇ ਹਮਲੇ ਦੇ ਖਿਲਾਫ ਬੋਲਣ ਵਾਲਾ ਕੋਈ ਨਹੀਂ ਸੀ। ਹਾਂਜੀ, ਉਸ ਦਹਿਸ਼ ਦਾ, ਤੇ ਗੁਰੂ ਨਾਨਕ ਸਾਹਿਬ ਬੋਲੇ, ਹਾਂਜੀ, ਤੇ ਗੁਰੂ ਨਾਨਕ ਸਾਹਿਬ ਮੂੰਹ ਤੇ ਵੀ ਬੋਲੇ, ਤੇ ਗੁਰੂ ਨਾਨਕ ਸਾਹਿਬ ਨੇ ਸਦਾ ਲਈ ਅਗਵਾਈ ਵੀ ਦੇਤੀ, ਬਿਲਕੁਲ ਜੀ। ਇਹ ਜਿਹੜੀ ਬਾਣੀ ਦੇ ਵਿੱਚ ਅਗਵਾਈ ਵੀ ਦੇਤੀ ਹੈਗੀ, ਇਹ ਸ਼ਬਦ ਦੇ ਵਿੱਚ ਦੇਤੀ, ਤੇ ਨਾਲ ਨਾਲ ਜਿਹੜਾ ਗੁਰਬਾਣੀ ਦਾ ਖਾਸਾ ਹੈ ਕਿ ਹਰ ਗੱਲੇ ਪਰਮਾਤਮਾ ਸਰਬ ਸ਼੍ਰੇਸ਼ਠ ਹੈ, ਹਰ ਗੱਲੇ ਪਰਮਾਤਮਾ ਸਰਬ ਸ਼੍ਰੇਸ਼ਠ ਹੈ, ਉਹ ਵੀ ਗੱਲ ਕੀਤੀ ਸ਼ਬਦ ਦੇ ਖੀਰ ਦੇ ਵਿੱਚ ਵੀ ਕਹਿਤਾ, ਫਿਰ ਖੀਰ 'ਤੇ ਜਾ ਕੇ ਕਿ ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ, ਤੁਸੀਂ ਪਰਮਾਤਮਾ ਨਾਲ ਜੁੜੋ, ਕਿਉਂਕਿ ਇੱਥੇ ਜੇ ਕੋ ਨਾਂ ਧਰਾਏ ਵੱਡਾ, ਜੇ ਕੋਈ ਕਹਿੰਦਾ ਮੈਂ ਬਹੁਤ ਵੱਡਾ ਸੂਰਬੀਰ ਹਾਂ, ਬਹੁਤ ਵੱਡਾ ਯੋਧਾ ਹਾਂ, ਬਹੁਤ ਵੱਡਾ ਰਾਜਾ ਹਾਂ, ਮੇਰੇ ਤੋਂ ਡਰਨਾ ਚਾਹੀਦਾ ਲੋਕਾਂ ਨੂੰ ਡਰਾਉਂਦਾ ਆ, ਜੇ ਕੋ ਨਾਂ ਧਰਾਏ ਵੱਡਾ ਸਾਧ ਕਰੇ ਮਨ ਭਾਣੇ, ਆਪਣੇ ਮਨ ਆਏ ਸਵਾਦ ਕਰਦਾ ਆ, ਪਰ ਖਸਵੇ ਨਦਰੀ ਕੀੜਾ ਆਵੇ ਜਿੱਤੇ ਚੁਕੇ ਦਾਣੇ, ਉਹ ਪਰਮਾਤਮਾ ਦੀ ਨਦਰ ਦੇ ਵਿੱਚ ਤਾਂ ਕੀੜਾ ਹੀ ਆ ਜਿਹਦੇ ਦਿੱਤੇ ਹੋਏ ਦਾਣੇ ਉਹ ਚੁੱਕ ਰਿਹਾ ਹੈਗਾ। ਸੋ ਇਹ ਕੀੜਿਆਂ ਵਰਗੇ ਲੋਕ ਨੇ, ਇਹਨਾਂ ਤੋਂ ਡਰਨਾ ਨਹੀਂ ਚਾਹੀਦਾ, ਜਦੋਂ ਲੋਕ ਲਾਮਬੰਦ ਹੋ ਜਾਣਗੇ ਤੇ ਫਿਰ ਉਹ ਖਾਲ ਕੇ ਜਿਹੜਾ ਖਲਕਤ ਦੇ ਵਿੱਚ ਆ ਕੇ ਵੱਸ ਜਾਂਦਾ। ਸੋ ਲਾਮਬੰਦੀ ਦੀ ਗੱਲ ਜਿਹੜੀ ਸੀ, ਡਰ ਦੂਰ ਕਰਨ ਵਾਲੀ ਗੱਲ ਸੀਗੀ, ਉਹ ਗੁਰੂ ਨਾਨਕ ਸਾਹਿਬ ਨੇ ਇਹਦੇ 'ਚ ਕਰ ਦਿੱਤੀ। ਅਤੇ ਅਖੀਰਲੀ ਪੰਕਤੀ ਆ, ਮਰ ਮਰ ਜੀਵੇ ਤਾਂ ਕਿਛ ਪਾਏ, ਨਾਨਕ ਨਾਮ ਵਿਖਾਣੇ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਮੌਤ ਦੇ ਡਰ ਨੂੰ ਚੱਕ ਕੇ, ਠੀਕ ਹੈ, ਹਾਂਜੀ, ਜੇ ਫਿਰ ਜੀਓਗੇ ਫਿਰ ਮਾਣ ਮਿਲੇਗਾ, ਫਿਰ ਮਾਣ ਮਿਲੇਗਾ, ਮਰਮਰ ਜੀਵੇ, ਯਾਨੀ ਕਿ ਇਹਨਾਂ ਸ਼ਬਦਾਂ ਨੂੰ ਮੈਂ ਬਿਲਕੁਲ ਇੱਕ ਗੱਲ ਫਿਰ ਦੁਹਰਾ ਕੇ ਕਹਿ ਦਿਆਂ, ਹਾਂਜੀ, ਕਿ ਜਦੋਂ ਇਹਨੂੰ ਰਾਜਨੀਤਿਕ ਅਰਥਾਂ ਦੇ ਵਿੱਚ ਲੈਣਾ ਹੈ, ਜਦੋਂ ਇਤਿਹਾਸਿਕ ਪਰਿਪੇਖ ਦੇ ਵਿੱਚ ਲੈਣਾ ਹੈ, ਉਦੋਂ ਉਹਨੂੰ ਉਸ ਪਰਿਪੇਖ 'ਚ ਰੱਖ ਕੇ ਦੇਖਣਾ ਹੈ। ਗੁਰਬਾਣੀ ਅਗਾਧ ਬੋਧ ਹੈ, ਸੰਪਰਦਾਇ ਟੀਕੇ ਦੇ ਤੌਰ 'ਤੇ ਜਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਦੇ ਤੌਰ 'ਤੇ ਅਰਥ ਵੱਖਰੇ ਕੀਤੇ ਮਿਲਣਗੇ, ਹਾਂਜੀ, ਪਰ ਜਦੋਂ ਅਸੀਂ ਇਤਿਹਾਸਿਕ ਪਰਿਪੇਖ 'ਚ ਰੱਖ ਕੇ ਮਿਲਣਾ ਹੈ, ਉਹਨੂੰ ਇਸ ਅੰਦਾਜ਼ ਦੇ ਵਿੱਚ ਅੱਜ ਦੇ ਸਮੇਂ ਲਈ ਆਪਾਂ ਸੇਧ ਵੀ ਲੈਣੀ ਹੈ। ਸੋ ਇਹ ਪਹਿਲਾ ਸ਼ਬਦ ਜਿਹੜਾ ਮੈਂ ਪੜ੍ਹਿਆ ਸੀਗਾ, ਉਹਦੇ ਵਿੱਚ ਸੇਧ ਵੀ ਵਾਰ ਵਾਰ ਮਿਲਦੀ ਹੈ। ਬਿਲਕੁਲ ਜੀ, ਹਾਂਜੀ, ਅਤੇ ਜਿਹੜੇ ਦੂਸਰੇ ਸ਼ਬਦ ਆ ਉਹ ਵੀ ਥੋੜ੍ਹੇ ਥੋੜ੍ਹੇ ਸਮਝਾਈਏ, ਥੋੜ੍ਹੇ ਥੋੜ੍ਹੇ ਨਹੀਂ, ਇੱਕ ਸ਼ਬਦ ਪੂਰਾ ਪੜ੍ਹ ਦਿੰਦੇ ਹਾਂ, ਕੋਈ ਗੱਲ ਨਹੀਂ, ਤੁਸੀਂ ਜੇ ਹੁਕਮ ਕਰਦੇ ਆ, ਮੈਂ ਵੈਸੇ ਨਿਕਲਣਾ ਚਾਹੁੰਦਾ ਸੀ ਸ਼ਬਦਾਂ ਦੇ ਵਿੱਚੋਂ ਹੀ, ਪਰ ਆਪਾਂ ਮੈਂ ਜਿੱਦਾਂ ਉਹਦੇ ਲੜੀ ਵਾਰੀ ਪੜ੍ਹ ਲੈਂਦੇ ਫਿਰ, ਕਿਉਂਕਿ ਜਿਹੜੀ ਆਸਾ ਰਾਗ ਦੇ ਵਿੱਚ ਪਹਿਲਾ ਸ਼ਬਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 360 ਦੇ ਉੱਤੇ, ਔਰ 417 ਅੰਕ ਦੇ ਉੱਤੇ ਇਹ ਸ਼ਬਦ ਹੈ ਅਸ਼ਟਪਦੀ, ਪਹਿਲੀ ਅਸ਼ਟਪਦੀ, ਦੋ ਅਸ਼ਟਪਦੀ ਇਕੱਠੀਆਂ ਹੀ ਆ, ਪਹਿਲੀ ਅਸ਼ਟਪਦੀ ਆ, ਔਰ ਬਹੁਤ ਕੀਰਤਨ ਕੀਤਾ ਗਿਆ। ਮੈਂ ਇਹਦਾ ਕੀਰਤਨ ਬਹੁਤ ਧਿਆਨ ਨਾਲ, ਜਦੋਂ ਕਿਤੇ ਕੀਰਤਨੀ ਸ਼ਬਦ ਹੁੰਦਾ ਤੇ ਇੰਨੇ ਧਿਆਨ ਨਾਲ ਮੈਂ ਸੁਣਦੀ ਕੀਰਤਨ, ਕਈ ਵਾਰ ਮੈਂ ਗੜਾਉਂਦਾ ਜਾਂਦਾ ਇਹਨਾਂ ਸ਼ਬਦਾਂ ਕੀਰਤਨ, ਕਿਉਂਕਿ ਸਾਡੇ ਬਹੁਤ ਸਾਰੇ ਰਾਗੀਆਂ ਨੇ ਕੀਤਾ, ਮੈਂ ਕਿਸੇ ਰਾਗੀ ਦਾ ਨਾਂ ਨਾ ਲਵਾਂ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਦੂਰ, ਉਹਦੇ ਵਿੱਚ ਪਰਮਾਤਮਾ ਦੀ ਬੇਨਤਾ ਦੀ ਗੱਲ ਕੀਤੀ, ਇੱਕ ਫਲਸਫੇ ਦੀ ਗੱਲ ਕੀਤੀ, ਦੂਜਾ ਜਦੋਂ ਜੰਗ ਹੁੰਦੀ ਆ ਤਾਂ ਕਿਹੋ ਜਿਹਾ ਨੁਕਸਾਨ ਹੁੰਦਾ, ਹਾਂਜੀ, ਉੱਥੇ ਪਰਮਾਤਮਾ ਦੀ ਬੇਨਤਾ ਦੀ ਗੱਲ ਹੈ ਕਿ ਅੱਜ ਤੁਸੀਂ ਪਤਾ ਨਹੀਂ ਕੀ ਹੋ ਤੇ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ। ਤੇ ਸ਼ਬਦ ਪੂਰਾ ਮੈਂ ਬੇਸ਼ੱਕ ਸਾਂਝਾ ਕਰ ਲਵਾਂ, ਜ਼ਰੂਰ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਦੂਰੇ, ਅਸ਼ਟਪਦੀ ਆ, ਥੋੜੀ ਲੰਬੀ ਆ, 8 ਪਦਾਂ ਵਾਲੀ ਆ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਦੂਰ, ਸੇ ਸਿਰ ਕਾਤੀ ਮੁੰਨੀਅਨ ਗੱਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲੇ ਹਦੂਰ, ਆਦੇਸ਼ ਬਾਬਾ ਆਦੇਸ਼,
ਆਦਿ ਪੁਰਖ ਤੇਰਾ ਅੰਤ ਨਾ ਪਾਇਆ। ਕਰ ਕਰ ਦੇਖੇ ਵੇਸ ਰਹਾਓ ਵਾਲੀ ਪੰਕਤੀ ਹੈ, ਇਹਦੇ ਵਿੱਚ ਪਰਮਾਤਮਾ ਨੂੰ ਨਤਮਸਤਕ ਹੋਣ ਵਾਲੀ ਗੱਲ ਕੀਤੀ ਗਈ ਆ। ਫਿਰ ਉਹੀ ਪਹਿਲੇ ਸ਼ਬਦ ਵਾਲੀ ਗੱਲ ਕਿ ਨਤਮਸਤਕ ਪਰਮਾਤਮਾ ਨੂੰ ਹੋਣਾ, ਆਦੇਸ਼ ਤੇ ਸੇ ਆਦੇਸ਼ ਉਸ ਪਰਮਾਤਮਾ ਨੂੰ ਆਦੇਸ਼ ਕਰਨੀ ਆ ਕਿ ਪਤਾ ਨਹੀਂ ਜਿਹਨਾਂ ਨੂੰ ਤੁਸੀਂ ਵੱਡੇ ਵੱਡੇ ਸਮਝਦੇ ਸੀ, ਜਿਹਨਾਂ ਤੋਂ ਡਰਦੇ ਸੀ, ਦੇਖ ਲਓ ਉਹਨਾਂ ਦਾ ਕੀ ਹਾਲ ਹੋਇਆ। ਸਾਰੇ ਸ਼ਬਦ 'ਚ ਇਹ ਜ਼ਿਕਰ ਕਰਦੇ ਹਾਂ ਤੇ ਜੇ ਤੁਸੀਂ ਕਿਤੇ ਝੁਕਣਾ ਹੀ ਆ, ਇਹਨਾਂ ਲੋਕਾਂ ਤੋਂ ਡਰਨ ਲਈ, ਇਹਨਾਂ ਬਾਦਸ਼ਾਹ ਤੋਂ ਡਰਨ ਦੀ ਲੋੜ ਨਹੀਂ, ਇਹਨਾਂ ਅਹਿਲਕਾਰਾਂ ਤੋਂ ਡਰਨ ਦੀ ਲੋੜ ਨਹੀਂ, ਇਹਨਾਂ ਵੱਡੇ ਵੱਡੇ ਫੌਜਦਾਰਾਂ ਤੋਂ ਡਰਨ ਦੀ ਲੋੜ ਨਹੀਂ ਜਿਹੜੇ ਤੁਹਾਨੂੰ ਡਰਾਉਂਦੇ ਨੇ। ਤੁਸੀਂ ਪਰਮਾਤਮਾ ਦੇ ਨਾਲ ਜੁੜੇ ਰਹਿਣਾ, ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੇ ਵੇਸ ਰਹਾਓ। ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਹਿੰਡੋਲੀ ਚੜ ਆਈਆਂ ਦੰਦ ਖੱਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਏ ਝੱਲੇ ਚਿਮਕਣ, ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਨ ਸੇਜੜੀਆਂ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੁਤਸਰੀਆਂ, ਧਨ ਜੋਬਣ ਦੇ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ, ਜੇ ਤਿਸ ਭਾਵੇ ਦੇ ਵਡਿਆਈ ਜੇ ਭਾਵੇ ਦੇ ਸਜਾਏ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਸਾਹਾਂ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਏ, ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ, ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ, ਚੌਂਕੇ ਵਿਨ ਹੰਦਵਾਣੀਆਂ ਕੋ ਟਿੱਕੇ ਕੱਢੇ ਨਾ ਏ, ਰਾਮ ਨਾ ਕਭੂ ਚੇਤਿਓ ਕਹਿਣ ਨਾ ਮਿਲੇ ਖਦਾਏ, ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁੱਖ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ, ਜੋ ਤਿਸ ਭਾਵੇ ਸੋਥੀਏ ਨਾਨਕ ਮਨੁੱਖ। ਇੱਥੇ ਫਿਰ ਦੇਖੋ ਸਾਰਾ ਸ਼ਬਦ ਕਹਿ ਕੇ, ਇੱਕ ਤਾਂ ਰੋਹਾਵਲੀ ਭਗਤਿਆਂ ਦੇ ਵਿੱਚ ਸਤਿਗੁਰ ਨੇ ਕਹਿਤੀ ਆਦੇਸ਼ ਬਾਬਾ ਆਦੇਸ਼, ਇਹ ਜੇ ਆਦੇਸ਼ ਕਰਨੀ ਆ ਕਿਸੇ ਨੂੰ, ਨਮਸਕਾਰ ਕਰਨੀ ਆ ਤੇ ਉਸ ਪਰਮਾਤਮਾ ਨੂੰ ਕਰਨੀ ਬਣਦੀ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਤੇ ਖੀਰਲੀ ਪੰਕਤੀ 'ਚ ਜਾ ਕੇ ਫਿਰ ਕਹਿਤਾ ਜੋ ਤਿਸ ਭਾਵੇ ਸੋ ਥੀਏ ਨਾਨਕ ਕਿਆ ਮਨੁੱਖ। ਇਹ ਮਨੁੱਖ ਜਿਹੜੇ ਆ ਨਾ, ਬੇਸ਼ੱਕ ਬਾਦਸ਼ਾਹ ਬਣ ਜਾਣ, ਬੇਸ਼ੱਕ ਫੌਜਦਾਰ ਬਣ ਜਾਣ, ਬੇਸ਼ੱਕ ਸੈਨਾਪਤੀ ਬਣ ਜਾਣ, ਬੇਸ਼ੱਕ ਸਿਪਾਹੀ ਬਣ ਜਾਣ, ਬੇਸ਼ੱਕ ਵੱਡੇ ਵੱਡੇ ਯੋਧੇ ਬਣ ਜਾਣ, ਜਿਹੜੇ ਤੁਹਾਨੂੰ ਡਰਾਉਂਦੇ ਨੇ ਇਹਨਾਂ ਦੇ ਵੱਸ ਕੁਛ ਨਹੀਂ ਹੈ। ਜੇ ਤੁਸੀਂ ਪਰਮਾਤਮਾ ਨਾਲ ਜੁੜੋਗੇ, ਜੇ ਤੁਸੀਂ ਪਰਮਾਤਮਾ ਨਾਲ ਜੁੜ ਕੇ ਉਹਦੇ ਨਾਮ ਨਾਲ ਜੁੜ ਕੇ ਆਪਣੇ ਆਪ ਨੂੰ ਨਿਰਭਉ ਕਰ ਲਓਗੇ, ਕਿ ਗੁਰੂ ਨਾਨਕ ਸਾਹਿਬ ਦੀ ਪਹਿਲੀ ਗੱਲ ਹੀ ਹੈ ਨਾ ਮੂਲ ਮੰਤਰ ਦੇ ਵਿੱਚ ਕਿ ਪਰਮਾਤਮਾ ਨਿਰਭਉ ਵੀ ਆ ਤੇ ਨਿਰਵੈਰ ਵੀ ਆ। ਸੋ ਜੇ ਤੁਸੀਂ ਉਹਦੇ ਨਾਂ ਨਾਲ ਜੁੜ ਕੇ ਨਿਰਭਉ ਹੋ ਜਾਓਗੇ ਫਿਰ ਤੁਸੀਂ ਨਿਰਵੈਰ ਵੀ ਹੋ ਜਾਓਗੇ, ਕਿਉਂਕਿ ਜਦੋਂ ਤੁਸੀਂ ਨਿਰਭਉ ਹੋ ਜਾਓਗੇ ਨਾ ਉਦੋਂ ਤੁਹਾਡਾ ਕਿਸੇ ਨਾਲ ਤੁਹਾਨੂੰ ਕਿਸੇ ਤੋਂ ਡਰ ਨਹੀਂ ਲੱਗਣਾ, ਫਿਰ ਜਦੋਂ ਨਿਰਭਉ ਹੋ ਗਿਆ ਤੇ ਜਦੋਂ ਡਰ ਨਹੀਂ ਕਿਸੇ ਤੋਂ ਪਹਿਲੇ ਸ਼ਬਦ ਦੀ ਜਿਹੜੀ ਸੁਰ ਸੀ, ਬੇਸ਼ੱਕ ਗੁਰਬਾਣੀ ਦੀ ਮੁੱਢਲੀ ਸੁਰ ਜਿਹੜੀ ਆ ਪਰਮਾਤਮਾ ਦੀ ਸਰਵਿਆਪਕਤਾ ਬਾਰੇ ਆ, ਉਹ ਹਰ ਸ਼ਬਦ 'ਚ ਮਿਲਣੀ ਆ। ਪਰਮਾਤਮਾ ਦੀ ਸਰਬ ਸਮਰੱਥਾ ਬਾਰੇ ਆ, ਹਰ ਸ਼ਬਦ 'ਚ ਮਿਲਣੀ, ਗੁਰਬਾਣੀ ਦੀ ਇੱਕ ਇੱਕ ਪੰਕਤੀ 'ਚੋਂ ਮਿਲਣੀ ਆ। ਪਰ ਜਿਹੜੀ ਇੱਕ ਸੁਰ ਦੁਨਿਆਵੀ ਤੌਰ 'ਤੇ ਸੀ ਇਤਿਹਾਸਿਕ ਪਰਿਪੇਖ ਦੇ ਵਿੱਚ, ਉਹ ਉੱਥੇ ਵੱਖਰੀ ਸੀ। ਇੱਕ ਫਲਸਫੇ ਦੀ ਗੱਲ ਸੀਗੀ ਕਿ ਦੋ ਫਲਸਫੇ 'ਚ ਦੁਨੀਆ ਵੰਡੀ ਪਈ ਆ, ਬਿਲਕੁਲ ਦੋਵਾਂ ਦੀ ਟਕਰਾਅ, ਇੱਕ ਖੁਰਾਸਾਨ ਵਾਲਾ ਹੈ ਇੱਕ ਹਿੰਦੁਸਤਾਨ ਵਾਲਾ ਹੈ। ਤੇ ਗੁਰੂ ਨਾਨਕ ਸਾਹਿਬ ਕਿਉਂਕਿ ਖੁਰਾਸਾਨ ਵਾਲੇ ਹਮਲਾਵਰ ਹੋ ਕੇ ਆਏ ਨੇ, ਤਾਕਤਵਰ ਹੋ ਕੇ ਆਏ ਨੇ, ਸਕਤੇ ਬਣ ਕੇ ਆਏ ਨੇ, ਇਸ ਕਰਕੇ ਗੁਰੂ ਨਾਨਕ ਸਾਹਿਬ ਦੀ ਹਮਦਰਦੀ ਜਿਹੜੀ ਆ ਹਿੰਦੁਸਤਾਨੀ ਫਲਸਫੇ ਵਾਲੇ ਲੋਕਾਂ ਦੇ ਨਾਲ, ਬਿਲਕੁਲ ਜੀ, ਹਾਂਜੀ, ਪਰ ਨਾਲ ਨਾਲ ਆਪਣੇ ਆਪ ਨੂੰ ਨਿਰਪੱਖ ਰੱਖਦੇ ਨੇ, ਕਰਤਾ ਤੂੰ ਸਭਨਾ ਕਾ ਸੋਈ, ਤੇ ਗੁਰੂ ਨਾਨਕ ਸਾਹਿਬ ਉਸ ਪਰਮਾਤਮਾ ਦੇ ਰੂਪ ਹੀ ਨੇ। ਹਾਂਜੀ, ਜੇ ਸਕਤਾ ਸਕਤੇ ਕੋ ਮਾਰੇ ਤਾਂ ਅਮਨ ਰੋਸਾ, ਮੈਂ ਸਾਰਿਆਂ ਦੇ ਇੱਕੋ ਜਿਹਾ ਤਾਕਤਵਰ ਤਾਕਤਵਰ ਨੂੰ ਮਾਰੇਗਾ, ਕੋਈ ਦੁੱਖ ਨਹੀਂ, ਪਰ ਜੇ ਸਕਤਾ ਸੀ ਮਾਰੇ ਪੈ ਬਕੇ ਬਕੇ ਖਸਮੇ ਸਾਹਿਬ ਪਰਸਾਈ, ਜੇ ਤਾਕਤਵਰ ਨੇ ਮੰਨ ਉੱਥੇ ਇਹ ਸੀ। ਪਰ ਇੱਥੇ ਇਹ ਆ ਕਿ ਇੱਕ ਪਲ ਪਹਿਲਾਂ ਕਿਹੜੀ ਹਾਲਾਤ ਸੀ ਜੀ, ਕਿ ਬੜੀਆਂ ਸ਼ਾਹੀ ਠਾਠਾਂ ਸੀਗੀਆਂ, ਹਾਂਜੀ, ਕਿੰਨੀਆਂ ਕੁ ਠਾਠਾਂ ਸੀਗੀਆਂ, 1,00,000 ਲੈਣ ਖੜੀਆਂ, ਹਾਂਜੀ ਵੇਖੋ, 1,00,000 ਜਾਣੀ ਕਿ ਉਹਨਾਂ ਨੂੰ ਬੈਠਦਿਆਂ ਉੱਠਦਿਆਂ, ਜਦੋਂ ਬੈਠਦਾ ਉਦੋਂ ਵੀ ਸਗਨ ਮਿਲਦੇ ਆ, ਜਦੋਂ ਖੜੀਆਂ ਹੁੰਦੀਆਂ ਉਦੋਂ ਵੀ ਸਗਨ ਮਿਲਦੇ ਆ, ਨੌਕਰ ਚਾਕਰ ਮਿਲਦੇ ਆ, ਔਰ ਡੋਲੀਆਂ 'ਚ ਬੈਠ ਕੇ ਪੈਰੀ ਤੁਰਨਾ ਨਹੀਂ ਪੈਂਦਾ, ਜਦੋਂ ਅਸੀਂ ਆਵਿਆ ਜਾਂ ਝੱਲੇ ਚਿਮਕਣ ਪਾਸ ਆਲੇ ਦੁਆਲੇ ਸਾਰੇ ਸ਼ਿੰਗਾਰ ਲੱਗੇ ਹੋਏ ਆ। ਪਰ ਹੁਣ
ਉਹਨਾਂ ਹੀ ਗਲਾਂ ਦੇ ਵਿੱਚ ਉਹ ਸਿਰ ਜਿਹੜੇ ਆ, ਜੁਲਫਾਂ ਜਿਹੜੀਆਂ ਉਹਨਾਂ 'ਚ ਧੂੜ ਪਈ ਹੋਈ ਆ, ਮਿੱਟੀ ਪਈ ਹੋਈ ਆ, ਜਿਹੜਾ ਕੋਇਰ ਆ ਉਹਨਾਂ ਦਾ, ਜਿਹਨਾਂ ਨਾਲ ਵਿਆਹ ਕੇ ਆਈਆਂ, ਉਹ ਜੰਗ ਦੇ ਵਿੱਚ ਮਾਰਿਆ ਜਾ ਚੁੱਕਾ ਹੈ ਜਾਂ ਭੱਜ ਗਿਆ ਛੱਡ ਕੇ ਉਹਨਾਂ ਨੂੰ, ਜਿਹੜਾ ਕਹਿੰਦਾ ਸੀ ਮੈਂ ਤੇਰੇ ਲਈ ਸਾਰਾ ਕੁਛ ਹੀ ਕਰ ਦੂੰ, ਸਾਰੇ ਤੋੜ ਲਿਆਊਂਗਾ, ਉਹ ਮਾਰਿਆ ਜਾ ਚੁੱਕਾ ਹੈ ਜਾਂ ਭੱਜ ਗਿਆ ਆਪਣੀ ਜਾਨ ਬਚਾਉਣ ਦੇ ਲਈ, ਅਤੇ ਉਹ ਹੁਣ ਸਿਪਾਹੀਆਂ ਦੇ ਕਾਬੂ ਆਈਆਂ ਹੋਈਆਂ ਆ। ਸੋ ਇਹ ਜਿਹੜੀ ਇੱਕ ਪਲ, ਅਗਲੇ ਪਲ ਕੀ ਆ, ਅਗਲੇ ਪਲ ਕੀ ਹੋ ਜਾਣਾ ਆ, ਇਸ ਕਰਕੇ ਉਸ ਜਿੰਨੀ ਮਰਜ਼ੀ ਤਾਕਤ ਆ ਜਾਏ, ਜਿੰਨੀ ਮਰਜ਼ੀ ਸਮਰੱਥਾ ਆ ਜਾਏ, ਕਿਉਂ ਉਸ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ, ਡਰ ਕੇ ਇਸ ਕਰਕੇ ਵੀ ਰਹਿਣਾ ਚਾਹੀਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹ 'ਚ ਕਿਹਾ ਵੀ ਧਨ ਜੋਬਣ ਤੋਂ ਵੈਰੀ ਹੈ, ਜਿਹੜੇ ਰੱਖੇ ਰੰਗ ਲਾਏ, ਜਿਹੜਾ ਤਾਕਤ ਤੁਹਾਡੇ ਜੋਬਣ ਦੀ ਜਾਂ ਪੈਸੇ ਦੀ, ਜਿਹੜੀ ਤਾਕਤ ਸੀ ਤੁਹਾਡੇ ਕੋਲ, ਜਿਹੜੀ ਤਾਕਤ ਦੇ ਤੌਰ ਤੇ ਤੁਸੀਂ ਲੋਕਾਂ ਨੂੰ ਡਰਾਉਂਦੇ ਸੀਗੇ, ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਸੀ, ਉਹੀ ਤਾਕਤ ਤੁਹਾਡੀ ਦੁਸ਼ਮਣ ਬਣ ਗਈ, ਤੁਹਾਡਾ ਧਨ ਤੁਹਾਡੇ ਤੋਂ ਲੁੱਟਣਾ ਤਾਂ ਤੁਹਾਡੇ ਤੋਂ ਤਾਕਤਵਰ ਆ ਗਿਆ, ਤਾਂ ਤੁਹਾਡੀ ਦੁਸ਼ਮਣੀ ਹੋ ਗਈ ਆ, ਜਾਂ ਜਿਹੜੀ ਤੁਹਾਡੇ ਕੋਲ ਜੋਬਣ ਸੀਗਾ ਉਹ ਲੁੱਟਣਾ ਆ ਤੇ ਤਾਂ ਤੁਹਾਡੀ ਦੁਸ਼ਮਣੀ ਹੋ ਗਈ। ਸੋ ਜਿਹੜੀਆਂ ਚੀਜ਼ਾਂ ਤੁਹਾਡੇ ਲਈ ਚੰਗੀ ਗੱਲ ਲੈ ਕੇ ਆਈਆਂ ਸੀ, ਉਹੀ ਗੱਲ ਜਿਹੜੀਆਂ ਸੀ ਉਹ ਮਾੜੇ ਦਾ ਕਾਰਨ ਬਣ ਗਿਆ, ਜਿਹੜੇ ਸੁੱਖਾਂ ਦਾ ਕਾਰਨ ਬਣੀਆਂ ਸੀ ਉਹੀ ਦੁੱਖਾਂ ਦਾ ਕਾਰਨ ਬਣ ਗਈਆਂ। ਤੇ ਇਹ ਪਰਮਾਤਮਾ ਦੀ ਨਜ਼ਰ ਦੀ ਗੱਲ ਹੈ, ਚੀਜ਼ਾਂ 'ਚ ਕੁਛ ਨਹੀਂ। ਗੁਰੂ ਨਾਨਕ ਸਾਹਿਬ ਨੇ ਸਿਖਾਤਾ ਬੇਸ਼ੱਕ ਧਨ ਹੋਵੇ, ਬੇਸ਼ੱਕ ਜੋਬਣ ਹੋਵੇ, ਬੇਸ਼ੱਕ ਵੱਡੀ ਵੱਡੀ ਤਾਕਤ ਹੋਵੇ, ਬੇਸ਼ੱਕ ਬਾਹੂਬਲ ਹੋਵੇ, ਸਤਿਗੁਰੂ ਕਹਿੰਦੇ ਇਹਦੇ 'ਚ ਕੁਛ ਨਹੀਂ, ਗੱਲ ਤਾਂ ਪਰਮਾਤਮਾ ਦੀ ਨਜ਼ਰ ਦੀ ਗੱਲ ਹੈ। ਜੇ ਪਰਮਾਤਮਾ ਦੀ ਨਜ਼ਰ ਚੰਗੀ ਆ, ਪਰਮਾਤਮਾ ਦੀ ਨਜ਼ਰ ਦੇ ਪਾਤਰੋ, ਤੇ ਫਿਰ ਇਹ ਚੀਜ਼ਾਂ ਤੁਹਾਨੂੰ ਸੁੱਖ ਦੇ ਸਕਦੀਆਂ। ਜੇ ਉਹਦੀ ਨਜ਼ਰ ਦੇ ਪਾਤਰ ਨਹੀਂ ਰਹਿ, ਤੇ ਜਿਹੜੀਆਂ ਸੁੱਖ ਦੇਣ ਵਾਲੀ ਚੀਜ਼ਾਂ ਹੀ ਦੁੱਖ ਦੇਣ ਲੱਗ ਪੈਂਦੀਆਂ। ਕਈਆਂ ਨੂੰ ਪੁੱਤ ਸੁੱਖ ਦਿੰਦੇ ਆ, ਪਰ ਕਈਆਂ ਨੂੰ ਪੋਤੀ ਦੁੱਖ ਦਿੰਦੇ ਆ। ਹਾਂਜੀ ਹਾਂਜੀ ਬਿਲਕੁਲ, ਸੁੱਖ ਪੁੱਤ 'ਚ ਨਹੀਂ, ਹਾਂਜੀ ਸੁੱਖ ਪਰਮਾਤਮਾ ਦੀ ਉਸ ਨਜ਼ਰ 'ਚ ਆ। ਸੋ ਇਹ ਜਿਹੜੀ ਗੱਲ ਹੈ, ਇਹ ਗੁਰੂ ਨਾਨਕ ਸਾਹਿਬ ਨੇ ਇਹਦੇ ਵਿੱਚ ਵਾਰ ਵਾਰ ਦੁਹਰਾਈ ਕਿ ਪਰਮਾਤਮਾ ਦੀ ਨਜ਼ਰ ਦੇ ਪਾਤਰ ਬਣੀਏ, ਉਹਦੀ ਨਜ਼ਰ ਦਾ ਪਾਤਰ ਬਣਨਾ ਤੇ ਫਿਰ ਨਿਰਭਉ ਤੇ ਨਿਰਵੈਣ ਹੋਣਾ ਪਊਗਾ। ਕਿਸੇ ਬਾਦਸ਼ਾਹ ਤੋਂ ਡਰਨ ਦੀ ਲੋੜ ਨਹੀਂ, ਕਿਸੇ ਮਨੁੱਖ ਤੋਂ ਡਰਨ ਦੀ ਲੋੜ ਨਹੀਂ, ਕਿਸੇ ਅਹਿਲਕਾਰ ਤੋਂ ਡਰਨ ਦੀ ਲੋੜ ਨਹੀਂ, ਇਨਸਾਫ਼ ਦੇ ਉੱਤੇ ਖੜੇ ਹੋਣ ਦੀ ਲੋੜ ਹੈ। ਜੇ ਇਨਸਾਫ਼ ਤੇ ਖੜੇ ਹੋਵੋਗੇ, ਲਾਮਬੰਦ ਹੋ ਜਾਓਗੇ, ਤੇ ਫਿਰ ਤੁਸੀਂ ਬਾਹਰਲੇ ਹਮਲਿਆਂ ਤੋਂ ਬਚੇ ਬਚੇ ਰਹੋਗੇ। ਇਹ ਬਹੁਤ ਵੱਡੀ ਗੱਲ ਸੀ ਜਿਹੜੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆ ਉਹ ਦਿੱਤੀ ਆ। ਪਰ ਤੁਸੀਂ ਕੀ ਸੋਚਦੇ ਕਿ ਉਹ ਜਿਹੜਾ ਉਹਨਾਂ ਦੀ ਇਹ ਲਿਖਤ ਆ, ਉਹ ਅੱਜ ਦੇ ਜ਼ਮਾਨੇ ਦੇ ਵਿੱਚ ਕਿੰਨੀ ਕੁ ਕੰਮ ਆ ਰਹੀ ਹੈ ਜਾਂ ਕਿੰਨੀ ਕੁ ਲੋਕ ਉਹਨੂੰ ਮੰਨ ਰਹੇ ਨੇ? ਜਦੋਂ ਮੈਂ ਵਾਰ ਵਾਰ ਇਹ ਗੱਲ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਬੇਸ਼ੱਕ ਇਤਿਹਾਸ ਪ੍ਰਫੇਕ ਦੇ ਵਿੱਚ ਦੇਖਣਾ ਆ ਜੀ, ਪਰ ਗੁਰਬਾਣੀ ਕਿਉਂਕਿ ਯੁਗੋ ਯੁਗ ਅਟਲ ਗੁਰੂ ਦਾ ਦਰਜਾ ਰੱਖਦੀ, ਹਾਂਜੀ ਹਰ ਯੁੱਗ ਦੇ ਵਿੱਚ ਹਰ ਸਮੇਂ ਦੇ ਵਿੱਚ ਇਹਦਾ ਸੰਦੇਸ਼ ਕਾਇਮ ਰਹਿਣਾ, ਤੇ ਆਹ ਜਿਹੜਾ ਸੰਦੇਸ਼ ਮੈਂ ਦੁਹਰਾ ਕੇ ਇਹਨੂੰ ਗੱਲ ਨੂੰ ਤਾਂ ਵੀ ਗੱਲ ਕਹੀ ਆ ਕਿ ਜੇ ਮਨੁੱਖ ਮਨੁੱਖ ਤੋਂ ਡਰਨ ਲੱਗ ਪਿਆ ਜੀ, ਜੇ ਮਨੁੱਖ ਮਨੁੱਖ ਦਾ ਗੁਲਾਮ ਬਣ ਗਿਆ, ਜੇ ਮਨੁੱਖ ਮਨੁੱਖ ਲਈ ਕਿਸੇ ਆਪਣੇ ਸਵਾਰਥ ਲਈ ਇਹ ਉਹਦੇ ਮੁਹਰੇ ਝੁਕਣਾ ਸ਼ੁਰੂ ਕਰ ਦਿੱਤਾ ਮਨੁੱਖ ਨੇ, ਤੇ ਫਿਰ ਸਮਝ ਲਓ ਉਹਦੀ ਜ਼ਮੀਰ ਮਰ ਜਾਣੀ, ਉਹਦੇ ਪੱਲੇ ਬਚਣਾ ਕੱਖ ਨਹੀਂ, ਤੇ ਜੇ ਜ਼ਮੀਰ ਮਰ ਗਈ ਤੇ ਫਿਰ ਉਹਦਾ ਧਨ ਵੀ ਗਿਆ ਤੇ ਉਹਦੀ ਦੌਲਤ ਵੀ ਤੇ ਉਹਦਾ ਜੋਬਣ ਵੀ ਸਾਰਾ ਕੁਛ ਗਿਆ, ਜਿਹੜਾ ਮਰਜ਼ੀ ਜਦੋਂ ਮਰਜ਼ੀ ਲੁੱਟ ਕੇ ਲੈ। ਹਾਂਜੀ ਹਾਂਜੀ, ਪਰ ਜੇ ਉਹਦੀ ਜ਼ਮੀਰ ਕਾਇਮ ਹੈ, ਨਿਰਭਉ ਤੇ ਨਿਰਵੈਰ ਹੈ, ਲਾਮਬੰਦ ਵੀ ਹੈ, ਹਾਂਜੀ, ਤੇ ਜੇ ਸਾਰੀਆਂ ਗੱਲਾਂ ਉਹਦੇ ਕੋਲ ਹੈਗੀਆਂ ਤੇ ਫਿਰ ਉਹ ਜਿੱਥੇ ਮਰਜ਼ੀ ਜਾਵੇ, ਜਿੱਥੇ ਮਰਜ਼ੀ ਬੈਠੇ, ਉਹਦੀ ਜਿਹੜੀ ਇੱਜ਼ਤ ਆ, ਉਹਦਾ ਮਾਣਤਾਨ ਆ, ਇੱਥੇ ਵੀ ਤੇ ਉੱਥੇ ਵੀ ਪਰਮਾਤਮਾ ਦਰ 'ਚ ਬਰਕਰਾਰ ਰਹੂਗਾ। ਪਰ ਪਰਮਾਤਮਾ ਨੂੰ ਯਾਦ ਰੱਖੇ, ਇਹ ਜਿਹੜਾ ਸੰਦੇਸ਼ ਆ ਉਸ ਜੰਗ ਦੇ ਸਮਿਆਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਸਦਾ ਲਈ ਕਾਇਮ ਰੱਖਿਆ, ਅਤੇ ਇਹ ਸੰਦੇਸ਼ ਸਦਾ ਲਈ ਆ ਮਨੁੱਖ ਨੂੰ, ਯੁੱਗਾਂ ਯੁੱਗਾਂ ਤੱਕ ਮਨੁੱਖ ਲਈ ਇਹ ਸੰਦੇਸ਼ ਹੈ, ਕਿਉਂਕਿ ਮਨ ਦੀ ਅਵਸਥਾ ਇਹ ਆ। ਇਸ ਕਰਕੇ ਗੁਰਬਾਣੀ ਮਨ ਨੂੰ ਸੰਬੋਧਨ ਹੁੰਦੀ ਆ, ਬਿਲਕੁਲ ਬਾਹਰਲੀ ਹਾਲਾਤ ਬਦਲ ਸਕਦੇ ਆ, ਪਰ ਮਨ ਨੇ ਮਨੁੱਖ ਦੇ ਮਨ ਨੇ ਨਹੀਂ ਬਦਲਣਾ ਕਦੀ ਵੀ। ਸੋ ਇਸ ਕਰਕੇ ਅੰਦਰਲੀਆਂ ਅਵਸਥਾਵਾਂ ਨੇ ਨਹੀਂ ਬਦਲਣਾ, ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਅੰਦਰਲੀਆਂ ਅਵਸਥਾ ਨੂੰ ਸੰਬੋਧਨ ਹੁੰਦੀ ਆ, ਤੇ ਫਲਸਫਾ ਅੰਦਰੋਂ ਮਨੁੱਖ ਨੂੰ ਤਗੜਾ ਕਰਿਆ ਕਰਦਾ। ਸੋ ਫਲਸਫਾ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ, ਤੇ ਸ਼ਾਇਦ ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਜਿਹੜੀ ਸਿਰਫ ਬਾਹਰੀ ਤੌਰ ਤੇ ਸੰਬੋਧਨ ਕਰਨ ਵਾਲੀ ਸੀਗੀ, ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਬਣਾਇਆ। ਠੀਕ ਹੈ, ਉਚਾਰਨ ਦੇ ਬਾਵਜੂਦ ਵੀ ਹਾਂਜੀ ਉਹਨੂੰ ਹਿੱਸਾ ਨਹੀਂ ਬਣਾਇਆ। ਠੀਕ ਹੈ, ਤੇ ਇਸ ਕਰਕੇ ਇੱਕ ਜਿਹੜੀ ਬਣਤਰ ਦਾ ਫਰਕ ਸੀਗਾ। ਹਾਂਜੀ, ਸੋ ਬਣਤਰ ਜਿਹੜੀ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਣਤਰ ਜਿਹੜੀ ਸੀਗੀ, ਉਹ ਜਿਹੜੀ ਸੰਦੇਸ਼ ਦੇਣ ਵਾਲੀ ਹੈ, ਸਦਾ ਸਦਾ ਸੰਦੇਸ਼ ਦੇਣ ਵਾਲੀ ਹੈ, ਜੁਗੋ ਜੁਗਾ ਟੱਕ ਟੱਲ ਸੰਦੇਸ਼ ਦੇਣ ਵਾਲੀ ਹੈ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗਾ ਟੱਲ ਗੁਰੂ ਆ, ਅਤੇ ਇਹ ਅੱਜ ਵੀ ਉਹਨਾਂ ਹੀ ਸੰਦੇਸ਼ ਪਾਵਰਫੁੱਲ ਹੈ, ਔਰ ਅੱਜ ਦੇ ਸਮੇਂ ਸ਼ਾਇਦ ਮੈਂ ਸੋਚਦਾ ਜ਼ਿਆਦਾ ਸਿੱਖਣ ਦੀ ਲੋੜ ਆ। ਮੈਂ ਕਹਿੰਦੀ ਮੇਰੀ ਕਈ ਵਾਰ ਤੁਸੀਂ ਜਦੋਂ ਬਾਹਰ ਲੋਕਾਂ ਨੂੰ ਮਿਲਦੇ ਕਹਿੰਦੇ ਸੋਚ ਲੋਕਾਂ ਦੇ ਦਿਮਾਗ 'ਚ ਇਹ ਖਿਆਲ ਕਿ ਜਦੋਂ ਇਹ ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ ਜਾਂ ਇਹ ਸਿਰਫ ਉਹਨਾਂ ਲੋਕ ਉਹਨਾਂ ਲਈ ਵਾਸਤੇ ਸੀ? ਅੱਜ ਦੇ ਸਮੇਂ 'ਚ ਤਾਂ ਬਹੁਤ ਹੀ ਅੱਜ ਦੇ ਸਮੇਂ ਜ਼ਿਆਦਾ ਲੋੜ ਹੈ। ਹਾਂਜੀ, ਅੱਜ ਦੇ ਤੌਰ 'ਤੇ ਉਦੋਂ ਤਾਂ ਬਾਬਰ ਇੱਕ ਚੜ੍ਹ ਕੇ ਆਇਆ ਸੀ, ਹਾਂਜੀ, ਹੁਣ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਬਾਬਰ ਚੜ੍ਹ ਕੇ ਬਾਬਰ ਚੜ੍ਹ। ਹਾਂਜੀ, ਤੁਹਾਡੇ ਆਲੇ ਦੁਆਲੇ ਤੁਸੀਂ ਦੇਖੋ ਛੋਟੇ ਛੋਟੇ ਬਾਬਰ ਜੀ, ਤੁਹਾਡੇ ਦੁਆਲੇ ਆਲੇ ਦੁਆਲੇ ਛੋਟੇ ਛੋਟੇ ਬਾਬਰ ਪਤਾ ਨਹੀਂ ਕਿੰਨੇ ਹੋਣਗੇ। ਹਾਂਜੀ, ਅਤੇ ਉਹ ਜਿਹੜੀ ਗੱਲ ਹੈ ਜਿਹੜੀ ਗੱਲ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਜਿੱਦਾਂ ਕੌਮਾਂ ਦਾ ਇਤਿਹਾਸ ਹੁੰਦਾ ਨਾ, ਹਾਂਜੀ, ਉੱਦਾਂ ਵਿਅਕਤੀ ਦਾ ਵੀ ਆਪਣਾ
ਠੀਕ ਹੈ। ਹਰ ਵਿਅਕਤੀ ਦਾ ਇੱਕ ਆਪਣਾ ਇਤਿਹਾਸ ਹੁੰਦਾ, ਉਹਦੀ ਜ਼ਿੰਦਗੀ ਜਾਂ ਪਿੱਛੇ ਕੀ ਬੀਤਿਆ, ਜੋ ਕੁਛ ਬੀਤ ਗਿਆ ਉਹ ਇਤਿਹਾਸ ਆ ਜੀ। ਅਤੇ ਇੱਕ ਜਿੱਦਾਂ ਕੌਮਾਂ ਦਾ ਭਵਿੱਖ ਹੁੰਦਾ, ਬੰਦੇ ਦਾ ਵੀ ਭਵਿੱਖ ਹੁੰਦਾ। ਜਿਹੜਾ ਮਨੁੱਖ ਆਪਣੇ ਬੀਤੇ ਹੋਏ ਸਮੇਂ ਤੋਂ ਸਿੱਖਿਆ ਨਹੀਂ ਲੈਂਦਾ, ਹਾਂਜੀ, ਉਹਦੇ ਮੁਤਾਬਕ ਜੀਵਨ ਨੂੰ ਨਹੀਂ ਸੋਧਦਾ ਜੀ, ਉਹਦਾ ਭਵਿੱਖ ਮਾੜਾ ਹੁੰਦਾ। ਬਿਲਕੁਲ। ਅਤੇ ਜਿਹੜੀ ਕੌਮ ਆਪਣੇ ਬੀਤੇ ਹੋਏ ਸਮੇਂ ਤੋਂ ਇਤਿਹਾਸ ਤੋਂ ਸਿੱਖਿਆ ਨਹੀਂ ਲੈਂਦੀ, ਉਹਦੇ ਮੁਤਾਬਕ ਆਪਣੇ ਭਾਈਚਾਰਕ ਜੀਵਨ ਨੂੰ ਨਹੀਂ ਸੋਧਦੀ, ਉਹਦਾ ਭਵਿੱਖ ਵੀ ਮਾੜਾ ਹੁੰਦਾ। ਬਿਲਕੁਲ, ਹਾਂਜੀ। ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੀਆਂ ਕੌਮਾਂ ਜਾਂ ਜਿਹੜੇ ਵਿਅਕਤੀ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ, ਉਹਨਾਂ ਨੂੰ ਇਤਿਹਾਸ ਦੇ ਘੱਲੂਘਾਰਿਆਂ ਵਿੱਚੋਂ ਵਾਰ ਵਾਰ ਲੰਘਣਾ ਪੈਂਦਾ। ਬਿਲਕੁਲ। ਇਹ ਗੱਲ ਇੱਕ ਮਨੁੱਖ ਦੇ ਵੀ ਸੱਚ ਹੈ, ਹਾਂਜੀ, ਇਹ ਗੱਲ ਪੂਰੀ ਕੌਮ ਤੇ ਵੀ ਸੱਚ ਹੈ, ਇਹ ਗੱਲ ਇੱਕ ਯੂਨਿਟ ਤੇ ਵੀ ਸੱਚ ਹੈ ਤੇ ਪੂਰੀ ਯੂਨਿਟੀ ਤੇ ਵੀ ਸੱਚ ਹੈ। ਸੋ ਜਦੋਂ ਗੁਰਬਾਣੀ ਨੂੰ ਲੈਣਾ, ਉਹਨੇ ਇੱਕ ਯੂਨਿਟ ਤੇ ਵੀ ਸੱਚ ਹੋਣਾ, ਪੂਰੀ ਯੂਨਿਟੀ ਤੇ ਵੀ ਸੱਚ ਹੋਣਾ, ਉਹਨੇ ਇੱਕ ਮਨੁੱਖ ਤੇ ਵੀ ਸੱਚ ਹੋਣਾ ਤੇ ਪੂਰੀ ਮਨੁੱਖਤਾ ਤੇ ਵੀ ਸੱਚ ਹੋਣਾ। ਬਿਲਕੁਲ ਜੀ। ਸੋ ਇਹ ਗੁਰਬਾਣੀ ਨੂੰ ਇੱਦਾਂ ਸੇਧ ਲੈਂਦੀ, ਕਿਉਂਕਿ ਸਰਵਵਿਆਪਕਤਾ ਗੁਰਬਾਣੀ ਦੀ, ਇਸੇ ਗੱਲ 'ਚ ਪਰਮਾਤਮਾ ਸਰਵਵਿਆਪਕ ਹੈ, ਗੁਰਬਾਣੀ ਸਰਵਵਿਆਪਕ ਹੈ। ਸੋ ਗੁਰਬਾਣੀ ਨੂੰ ਉਸ ਅੰਦਾਜ਼ 'ਚ ਹੀ ਲੈਣਾ ਚਾਹੀਦਾ। ਬੇਸ਼ੱਕ ਇਤਿਹਾਸਿਕ ਪਰਿਪੇਖ ਦੇ ਵਿੱਚ ਅਸੀਂ ਉਹਦੇ ਨਾਲ ਜੋੜ ਕੇ ਅਰਥ ਕਰ ਰਹੇ ਹਾਂ, ਪਰ ਅਸੀਂ ਗਾਂਹ ਭਵਿੱਖ ਮੁਖੀ ਹਾਂ। ਬਿਲਕੁਲ। ਔਰ ਇੱਕ ਗੱਲ ਹੋਰ ਮੈਂ ਸਾਂਝੀ ਕਰਦੇ ਹਾਂ, ਹਾਂਜੀ, ਕਿ ਇਤਿਹਾਸ ਹੁੰਦਾ ਪਿਛਲੇ ਸਮੇਂ ਦੀਆਂ ਗੱਲਾਂ ਜੀ, ਪਰ ਹੁੰਦਾ ਭਵਿੱਖ ਮੁਖੀ ਆ। ਬਿਲਕੁਲ। ਉਹ ਤੋਂ ਸਿਹਤ ਭਵਿੱਖ ਮੁਖੀ ਹੁੰਦੀ ਆ। ਮੈਂ ਆਰੰਭ ਦੇ ਵਿੱਚ ਸ਼ਾਇਦ ਇਹ ਗੱਲ ਕਹੀ ਸੀ ਕਿ ਕਾਰ ਦੇ ਜਿਹੜੇ ਸਾਈਡ ਮਿਰਰ ਹੁੰਦੇ ਨਾ ਦੋਨੇ, ਹਾਂਜੀ, ਪਹਿਲੇ ਐਪੀਸੋਡ ਕਹੀ ਵੀ ਜੇ ਇਤਿਹਾਸ ਦਿਖਦਾ ਮੇਰਾ ਨਜ਼ਰੀਆ, ਹਾਂਜੀ, ਬਾਕੀ ਕਿਸੇ ਦਾ ਨਜ਼ਰੀਆ ਕੋਈ ਵੱਖਰਾ ਹੋਏਗਾ, ਮੇਰਾ ਨਜ਼ਰੀਆ ਕਾਰ ਦੇ ਜਿਹੜੇ ਦੋਨੇ ਸਾਈਡ ਮਿਰਰ ਆ ਉਹਨਾਂ ਵਰਗਾ ਹੁੰਦਾ। ਕਾਰ ਦੇ ਸਾਈਡ ਮਿਰਰ ਨੇ ਦੇਖਣਾ ਪਿੱਛੇ ਦਾ ਜੋ ਕੁਛ ਲੰਘ ਆਇਆ ਉਹ ਇਤਿਹਾਸ ਆ, ਕਾਰ ਲੰਘ ਆਈ ਆ ਉਹ ਪਿੱਛੇ ਆ। ਪਰ ਜੇ ਕਾਰ ਦੇ ਸਾਈਡ ਮਿਰਰ ਨਾ ਹੋਣ ਤੁਸੀਂ ਐਕਸੀਡੈਂਟ ਜ਼ਰੂਰ ਕਰੋਗੇ, ਜਾਣਾ ਤੁਸੀਂ ਮੋਰ ਨਹੀਂ ਆ, ਜਾਣਾ ਪਿੱਛੇ ਨੂੰ ਨਹੀਂ, ਪਰ ਦੇਖਣਾ ਪਿੱਛੇ ਵੀ ਆ, ਸੱਜੇ ਖੱਬੇ ਹੋਣ ਲੱਗਾ ਪਿੱਛੇ ਦੇਖਣਾ ਕਿੱਥੋਂ ਕੋਈ ਸੱਜੇ ਹੋਣਾ, ਕਿੱਥੋਂ ਖੱਬੇ ਹੋਣਾ, ਕਿਵੇਂ ਸੱਜੇ ਹੋਣਾ, ਕਿਵੇਂ ਖੱਬੇ ਹੋਣਾ, ਉਹ ਸਾਈਡ ਮਿਰਰ ਦੇਖ ਕੇ ਹੋਣਾ ਆ। ਤੇ ਜੇ ਤੁਸੀਂ ਇਹ ਇਤਿਹਾਸ ਦੇਖਣ ਵਾਲੀ ਗੱਲ, ਜੇ ਤੁਸੀਂ ਇਤਿਹਾਸ ਦੇਖ ਕੇ ਨਹੀਂ ਹੋਵੋਗੇ, ਜੋ ਬੀਤ ਚੁੱਕਾ ਪਾਸਟ ਹੈ ਉਹਨੂੰ ਦੇਖ ਕੇ ਨਹੀਂ ਹੋਵੋਗੇ, ਪਾਸਟ ਕਾਰ ਪਾਸਟ ਕਰ ਰਹੇ, ਪਿੱਛੇ ਲੰਘ ਆਈ ਹੁਣ ਪਿੱਛੇ ਛੱਡ ਆਈ ਆ, ਪਰ ਦੇਖਣਾ ਉਹੀ ਆ, ਤੁਹਾਡੇ ਪਿੱਛੇ ਪਿੱਛੇ ਕੌਣ ਆ ਰਿਹਾ, ਤੁਹਾਡੇ ਪਿੱਛੇ ਕੀ ਜਿਹਨੂੰ ਛੱਡ ਦਿੱਤਾ ਤੁਸੀਂ, ਉਹ ਸਾਰਾ ਕੁਝ ਦੇਖੋਗੇ ਫੇਰ ਗਾਂ ਤੁਰਨਾ ਗਾਣ ਹੋਈ ਆ। ਸੋ ਸਾਡੀ ਸਾਰੀ ਦੀ ਸਾਰੀ ਸੋਚ ਜਿਹੜੀ ਭਵਿੱਖ ਮੁਖੀ ਹੁੰਦੀ ਆ, ਤੇ ਜੇ ਸੋਚ ਭਵਿੱਖ ਮੁਖੀ ਨਹੀਂ ਹੈਗੀ ਤੇ ਫਿਰ ਇਤਿਹਾਸ ਫੁੱਲਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਈ ਲੋਕ ਕਹਿੰਦੇ ਪਿਛਲੀਆਂ ਗੱਲਾਂ ਕਰਦੇ ਆ, ਗਾਂ ਦੀ ਨਹੀਂ ਕਰਦੇ, ਭਾਈ ਪਿਛਲੀ ਗੱਲ ਕਰਕੇ ਗਾਂ ਨੂੰ ਤੋਰਦੇ ਆ। ਬਿਲਕੁਲ ਜੀ, ਹਾਂਜੀ, ਸਿੱਖਿਆ ਤਾਂ ਮਿਲੀ, ਪਿਛਲੀਆਂ ਗੱਲਾਂ ਤਾਂ ਕੋਈ ਮਿਲੀ, ਪਿਛਲੀਆਂ ਤੋਂ ਲੈਣੀ ਜੋ ਹੋਇਆ, ਕਿਉਂਕਿ ਮਨੁੱਖ ਗਾਂ ਬਹੁਤ ਜ਼ਿਆਦਾ ਅਗਿਆਤ 'ਚ ਬਹੁਤ ਜ਼ਿਆਦਾ ਦੇਖ ਨਹੀਂ ਸਕਦਾ, ਉਹ ਕੋਈ ਪੁੱਜਿਆ ਹੋਇਆ ਦੂਰ ਦ੍ਰਿਸ਼ਟੀ ਵਾਲਾ ਦਿਵ ਦ੍ਰਿਸ਼ਟੀ ਵਾਲਾ ਮਹਾਂਪੁਰਸ਼ ਦੇਖ ਸਕਦਾ। ਆਮ ਮਨੁੱਖ ਜਿਹੜਾ ਉਹਨੇ ਜੋ ਪਿੱਛੇ ਬੀਤ ਚੁੱਕਾ ਆ ਉਹਦੇ ਤੋਂ ਸੇਧ ਲਾ ਕੇ ਗਾਂ ਵੱਲ ਨੂੰ ਦੇਖਣਾ। ਬਿਲਕੁਲ ਜੀ। ਸੋ ਇਹ ਜਿਹੜੀ ਗੱਲ ਹੈ ਸਾਡੀ ਸਾਰੀ ਦੀ ਸਾਰੀ ਭਵਿੱਖ ਮੁਖੀ ਇਤਿਹਾਸ ਦੀ ਗੱਲ ਕਰਦਿਆਂ ਕਰਦਿਆਂ ਵੀ ਸਾਡੀ ਗੱਲ ਘੱਟੋ ਘੱਟ ਭਵਿੱਖ ਮੁਖੀ ਹੁੰਦੀ ਆ, ਔਰ ਸਦਾ ਸਦਾ ਲਈ ਸੇਧ ਦੇਣ ਵਾਲੀ ਗੱਲ ਗੁਰਬਾਣੀ ਦਿੰਦੀ ਆ। ਸੋ ਗੁਰੂ ਨਾਨਕ ਦਾ ਜਿਹੜਾ ਤਰੀਕਾ ਸੀ ਗੱਲ ਕਰਨ ਦਾ ਇਹੀ ਸੀ, ਇਤਿਹਾਸ ਦੀ ਗੱਲ ਕਰਦੇ ਹਾਂ, ਇਤਿਹਾਸਿਕ ਪਰਿਪੇਖ 'ਚ ਗੱਲ ਕਰਦੇ ਹਾਂ, ਮਨੁੱਖ ਨੂੰ ਗਾਂਹ ਲਈ ਖਬਰਦਾਰ ਕਰਨਾ। ਔਰ ਸਤਿਗੁਰੂ ਨੇ ਇਸ ਸ਼ਬਦ ਵਿੱਚ ਗੱਲ ਵੀ ਕੀਤੀ ਹੈ, ਜੇ ਕਿਤੇ ਗੱਲ ਰਹਿ ਨਾ ਜਾਵੇ ਕਿ ਅੱਗੋਂ ਦੇ ਜੇ ਚੇਤੀਏ ਤਾਂ ਕਾਹਤ ਮਿਲੇ ਸਜਾਏ, ਹੈ ਇਤਿਹਾਸ ਦੀ ਗੱਲ, ਹਾਂਜੀ, ਹੈ ਦੰਗੇ ਦੀ ਗੱਲ, ਪਰ ਸਤਿਗੁਰ ਕਹਿੰਦੇ ਨੇ ਜੇ ਕਿਤੇ ਪਹਿਲਾਂ ਹੀ ਚੇਤ ਲਿਆ ਹੁੰਦਾ, ਹਾਂਜੀ, ਪਹਿਲਾਂ ਹੀ ਸਿਮਰ ਲਿਆ ਹੁੰਦਾ, ਪ੍ਰਪੇਅਰ ਹੋਏ ਹੁੰਦੇ, ਪਹਿਲਾਂ ਹੀ ਪ੍ਰਪੇਅਰ ਹੋਏ ਹੁੰਦੇ, ਹਾਂਜੀ, ਤੇ ਸਜ਼ਾ ਨਹੀਂ ਸੀ ਮਿਲਣੀ, ਸਜ਼ਾ ਨਹੀਂ ਸੀ ਮਿਲਣੀ। ਸੋ ਪਹਿਲਾਂ ਅਗਾਊ ਤਿਆਰੀ ਦੀ ਗੱਲ ਹੈ ਜਿਹੜੀ ਇਤਿਹਾਸ ਦੀ ਗੱਲ ਹੈ, ਹਾਂਜੀ, ਬਿਲਕੁਲ ਜੀ। ਤਾਂ ਮੇਰੇ ਖਿਆਲ ਜਿਹੜੇ ਹੋਰ ਸਾਡੇ ਤਲਿੰਗ ਰਾਗ ਦੇ ਵਿੱਚ ਹੋਰ ਵੀ ਮੇਰੇ ਖਿਆਲ ਹੈਗੇ ਸ਼ਬਦ ਜਿਹੜੇ, ਬਿਲਕੁਲ ਜੀ, ਆਸਾ ਰਾਗ 'ਚ ਵੀ ਜੇ ਇੱਕ ਅਸ਼ਟਪਦੀ ਹੋਰ ਹੈ, ਹਾਂਜੀ, ਅਤੇ ਲੰਬੀ ਅਸ਼ਟਪਦੀ ਜਿੱਦੀ ਕੋਈ ਇਹੀ ਹੈ, ਹਾਂਜੀ, ਅਤੇ ਇੱਕ ਤਲੰਗ ਰਾਗ ਦੇ ਵਿੱਚ ਵੀ ਆ ਜੀ, ਅਤੇ ਮੇਰੇ ਖਿਆਲ ਸਮਾਂ ਤੁਹਾਡੇ ਐਪੀਸੋਡ ਦਾ ਜ਼ਿਆਦਾ ਹੋ ਜਾਣਾ, ਜੇ ਆਪਾਂ ਗਾਹ ਕਿਤੇ ਸ਼ੁਰੂ ਕਰ ਲਿਆ, ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾ ਕੇ ਜ਼ਰੂਰ ਕਹਿ ਦੇਣਾ ਚਾਹੁੰਦਾ, ਮੇਰੇ ਮਨ 'ਚ ਗੱਲ ਦੁਬਾਰਾ ਕਹਿਣ ਆਉਂਦੀ ਆ, ਹਾਂਜੀ, ਕਿ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸ਼ਬਦ ਦੀ ਗੱਲ ਕਰਦਿਆਂ ਵੀ ਜਿਹੜੀ ਇਤਿਹਾਸ ਪਰਿਪੇਖ ਦੀ ਗੱਲ ਹੈ ਉੱਦਾਂ ਕੀਤੀ ਆ, ਕਿ ਅੱਗੋਂ ਦੇ ਜੇ ਚੇਤੀਏ, ਬਿਲਕੁਲ, ਤਾਂ ਕਾਇਤ ਮਿਲੇ ਸਜਾਏ। ਭਾਈ ਅਗਾਊ ਤਿਆਰੀਆਂ ਚਾਹੀਦੀਆਂ, ਅੱਗੋਂ ਹੀ ਪਰਮਾਤਮਾ ਦਾ ਨਾਮ ਵੀ ਸਿਮਰ ਲੈਣਾ ਚਾਹੀਦਾ, ਇਹਨੂੰ ਪਰ ਦੁਨਿਆਵੀ ਪ੍ਰਯੋਗ ਰੱਖੋ, ਅਗਾਊ ਤਿਆਰੀ ਚਾਹੀਦੀ ਆ, ਆਰਗੇਨਾਈਜੇਸ਼ਨ ਚਾਹੀਦੀ ਆ, ਇੱਦਾਂ ਕਹਿ ਲਈਏ ਆਪਾਂ, ਬਿਲਕੁਲ, ਜੇ ਤੁਸੀਂ ਆਰਗੇਨਾਈਜੇਸ਼ਨ ਨਹੀਂ ਕਰੋਗੇ, ਆਰਗੇਨਾਈਜ਼ ਨਹੀਂ ਹੋਵੋਗੇ, ਅੱਗੋਂ ਪਹਿਲਾਂ ਤਿਆਰੀ ਨਹੀਂ ਕਰੋਗੇ, ਲਾਮਬੰਦੀ ਨਹੀਂ ਕਰੋਗੇ, ਤੇ ਫਿਰ ਭਾਈ ਕੁੱਟ ਪੈਣੀ ਪੈਣੀ। ਬਿਲਕੁਲ। ਔਰ ਇਹ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਦੀ, ਗੁਰੂ ਦੀ ਗੱਲ, ਪੀਰ ਦੀ ਗੱਲ, ਪੈਗੰਬਰ ਦੀ ਗੱਲ, ਵੱਡੇ ਪੁਰਸ਼ਾਂ ਦੀ ਗੱਲ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਕਲ ਜਹਾਨ ਨੇ, ਕਿਸੇ ਦੇ ਪ੍ਰਥਾਏ ਵੀ ਬੇਸ਼ੱਕ ਗੱਲ ਕਰਨ, ਉਹ ਸਾਰੇ ਸੰਸਾਰ ਲਈ ਸਾਂਝੀ ਹੋਇਆ, ਸਾਂਝਾ ਮੈਸੇਜ ਹੁੰਦਾ, ਸਾਂਝਾ ਮੈਸੇਜ ਹੁੰਦਾ ਸਾਰੇ ਸੰਸਾਰ ਲਈ। ਇਸ ਕਰਕੇ ਜਿਹਨੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਲਈ ਜੀ, ਉਹਨੂੰ ਬੁਲੰਦੀ ਮਿਲ ਜਾਣੀ ਹੈ, ਜਿਹਨੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਲਈ ਉਹਨੇ ਹੀ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਜਾਣਾ। ਬਿਲਕੁਲ। ਜਿਹਨੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਲਈ ਉਹਨੂੰ ਹੀ ਫਾਇਦਾ ਹੋ ਜਾਣਾ, ਜਿਹੜਾ ਅਗਾਊ ਤਿਆਰੀ ਕਰੂਗਾ ਉਹ ਤਕੜਾ ਹੋ ਜਾਏਗਾ।
ਜਿਹੜਾ ਜਦੋਂ ਆਪਾਂ ਅਧਿਆਤਮਿਕਤਾ ਕਹਿੰਦੇ ਉਹਦੀ ਧਾਰਮਿਕਤਾ ਵੀ ਆਉਂਦੀ ਆ, ਉਹਦੇ 'ਚ ਸਮਾਜਿਕਤਾ ਵੀ ਆ ਜਾਂਦੀ ਆ, ਉਹਦੇ 'ਚ ਰਾਜਨੀਤਿਕਤਾ ਵੀ ਆ ਜਾਂਦੀ ਆ, ਕੋਈ ਚੀਜ਼ ਪਿੱਛੇ ਨਹੀਂ ਰਹਿੰਦੀ। ਮਨੁੱਖ ਜਦ ਤੱਕ ਇਹ ਸਾਰੇ ਪੱਖਾਂ ਤੋਂ ਤਿਆਰ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਕੋਈ ਕੌਮ ਧਾਰਮਿਕ ਤੌਰ 'ਤੇ ਬਹੁਤ ਜ਼ਿਆਦਾ ਤਰੱਕੀ ਕਰ ਜਾਵੇ, ਬਹੁਤ ਜ਼ਿਆਦਾ ਤਰੱਕੀ ਕਰ ਜਾਵੇ, ਪਰ ਰਾਜਨੀਤਿਕ ਤੌਰ 'ਤੇ ਤਰੱਕੀ ਨਾ ਕੀਤੀ ਹੋਵੇ ਅਤੇ ਫਿਰ ਉਹਦੇ ਸੋਮਨਾਥ ਵਰਗੇ ਮੰਦਰ ਹਾਂਜੀ ਲੁੱਟ ਕੇ ਲੈ ਜਾਂਦੇ ਲੋਕੀ ਆ, ਬਿਲਕੁਲ ਉਹਨਾਂ ਕੋਲ ਤਾਕਤ ਨਹੀਂ ਦੇਈ। ਹਾਂਜੀ, ਰਤਨ ਵਿਗਾੜ ਵਿਗੋਏ ਕੁੱਤੀ, ਬਿਲਕੁਲ ਮੋਹਿਆ ਸਾਰ ਨਾ ਕਾਹੀ। ਉਹਨੇ ਜਿਹਨਾਂ ਨੇ ਤਰੱਕੀ ਕੀਤੀ ਸੀ, ਜਿਹਨਾਂ ਨੇ ਰਤਨ ਕਾਇਮ ਕੀਤੇ ਸੀ, ਉਹ ਰਹਿਣੀ, ਹਾਂਜੀ ਉਹਨਾਂ ਨੂੰ ਕੀ ਪਤਾ ਹੁਣ ਜਿਹੜਾ ਮਰਜ਼ੀ ਆ ਕੇ ਲੁੱਟ ਕੇ। ਬਿਲਕੁਲ ਜੀ, ਹਾਂਜੀ ਹਿੰਦੁਸਤਾਨ ਦੇ ਸੋਮਨਾਥ ਵਰਗੇ ਮੰਦਰ ਲੁੱਟੇ ਗਏ, ਹਾਂਜੀ ਤਾਕਤ ਨਹੀਂ ਸੀ ਜੀ, ਪੂਰੀ ਤੌਰ 'ਤੇ ਰਾਜਨੀਤਿਕ ਤੌਰ 'ਤੇ ਤਾਕਤ ਨਹੀਂ ਸੀ ਅਤੇ ਫਿਰ ਸਾਡੇ ਵੀ ਹਰਿਮੰਦਰ ਸਾਹਿਬ 'ਤੇ ਅਬਦਾਲੀ ਚੜ੍ਹ ਕੇ ਆਉਂਦਾ ਰਿਹਾ ਅਤੇ ਉਦੋਂ ਹਾਲੇ ਇੱਟਾਂ ਦੇ ਪੱਥਰ ਦੇ ਸਨ, ਉਹਨਾਂ ਨੇ ਚੱਕ ਕੇ ਬੰਬ ਲਾ ਲਾ ਕੇ ਉਡਾ ਤੇ, ਹਾਂਜੀ ਬਰੂਦ ਵਿੱਚ ਲਾ ਲਾ ਕਿੰਨੀਆਂ ਤੋਂ ਉਡਾ ਤੇ, ਪਰ ਜਦੋਂ ਤਾਕਤ ਆ ਗਈ ਹਾਂਜੀ ਜਦੋਂ ਰਾਜਨੀਤਿਕ ਤਾਕਤ ਸੀ, ਮਹਾਰਾਜੀ ਸਿੰਘ ਸੋਨਾ ਲਾ ਕੇ ਨਾਲ ਫਿਰ ਵੰਗਾਰ ਕੇ ਦਿਖਾ, ਉਹਨੇ ਤੇ ਮੂੰਹ ਕਰਕੇ ਦਿਖਾ। ਬਿਲਕੁਲ ਹਾਂਜੀ, ਬਿਲਕੁਲ ਜੀ। ਸੋ ਜਿਹੜੀਆਂ ਕੌਮਾਂ ਰਾਜਨੀਤਿਕ ਤੌਰ 'ਤੇ ਤਕੜੀਆਂ ਨਹੀਂ ਹੁੰਦੀਆਂ ਉਹ ਧਾਰਮਿਕ ਤੌਰ 'ਤੇ ਜਿੰਨੀਆਂ ਮਰਜ਼ੀ ਤਕੜੀਆਂ ਹੋ ਜਾਣ, ਬਿਲਕੁਲ ਉਹਨਾਂ ਦੀ ਧਾਰਮਿਕਤਾ ਵੀ ਕਾਇਮ ਨਹੀਂ ਰਹਿੰਦੀ। ਔਰ ਹਿੰਦੁਸਤਾਨ ਇਸ ਗੱਲ ਦਾ ਸਭ ਤੋਂ ਵੱਡਾ ਗਵਾਹ ਆ ਕਿ ਜਿੰਨੀ ਤਰੱਕੀ ਹਿੰਦੁਸਤਾਨ ਨੇ ਧਾਰਮਿਕ ਤੌਰ 'ਤੇ ਕੀਤੀ ਸੀਗੀ, ਅਹਿੰਸੋ ਪਰਮੋ ਧਰਮਾ ਕਹਿ ਕੇ, ਪਰ ਜਿਹੜੀ ਤਾਕਤ ਸੀਗੀ ਬਾਹੂਬਲ ਦੀ ਤਾਕਤ ਘੱਟ ਗਈ ਅਤੇ ਬਾਹਰੋਂ ਹਮਲਾਵਰ ਆਉਣਾ ਸ਼ੁਰੂ ਹੋ ਗਿਆ। ਬਿਲਕੁਲ 2500 ਸਾਲ ਹਮਲਾਵਰ ਆਉਂਦੇ ਰਹੇ, ਕਦੀ ਸਿਕੰਦਰ ਚੜ੍ਹ ਕੇ ਆ ਗਿਆ, ਕਦੀ ਹੁਣ ਚੜ੍ਹ ਕੇ ਆ ਗਿਆ, ਕਦੀ ਸ਼ਕ ਚੜ੍ਹ ਕੇ ਆ ਗਿਆ, ਕਦੀ ਮੁਗਲ ਚੜ੍ਹ ਕੇ ਆ ਗਿਆ, ਕਦੀ ਤੁਰਕ ਚੜ੍ਹ ਕੇ ਆ ਗਿਆ, ਕਦੀ ਚੰਗੇ ਚੜ੍ਹ ਕੇ ਆ ਗਿਆ, ਔਰ ਕਿੰਨੇ ਕੁ ਲੋਕ ਆਏ, 2500 ਸਾਲ ਹੀ ਬਹੁਤ ਆ, ਪਤਾ ਨਹੀਂ ਲੱਗਦਾ ਕਿੰਨੇ ਕੁ ਲੋਕ ਆਏ। ਹਾਂਜੀ, ਔਰ ਕਦੀ ਮੀਰ ਕਾਸਮ ਆ ਗਿਆ, ਕਦੀ ਗਜ਼ਨਵੀ ਆ ਗਿਆ, ਕਦੀ ਗੌਰੀ ਆ ਗਿਆ ਜੀ, ਔਰ ਜਿਹੜਾ ਆ ਗਿਆ ਲੁੱਟ ਕੇ, ਸੈਂਕੜੇ ਸੈਂਕੜੇ ਬੰਦੇ ਲੈ ਕੇ ਆਇਆ, ਹਾਂਜੀ ਲੱਖਾਂ ਲੱਖਾਂ ਨੂੰ ਲੁੱਟ ਕੇ ਚਲਾ ਗਿਆ। ਸੋ ਇਹ ਜਿਹੜੀ ਸੀਗੀ ਕਾਰਨ ਇੱਕੋ ਇੱਕ ਸੀ, ਧਾਰਮਿਕ ਤੌਰ 'ਤੇ ਬੁਲੰਦੀਆਂ ਦੇ ਬਾਵਜੂਦ ਜੀ ਸਮਾਜਿਕ ਤੌਰ 'ਤੇ ਬੁਲੰਦੀ, ਸਮਾਜ ਦਾ ਢਾਂਚਾ ਜਿਹੋ ਜਿਹਾ ਹਿੰਦੁਸਤਾਨ ਦਾ ਸ਼ਾਇਦ ਕਿਹੋ ਜਿਹਾ ਜੀ, ਸਮਾਜਿਕ ਤੌਰ 'ਤੇ ਬੁਲੰਦੀਆਂ ਤੌਰ 'ਤੇ, ਧਾਰਮਿਕ ਤੌਰ 'ਤੇ ਬੁਲੰਦੀਆਂ ਤੌਰ 'ਤੇ, ਕਿਉਂਕਿ ਰਾਜਨੀਤਿਕ ਤੌਰ 'ਤੇ ਬੁਲੰਦੀ ਨਹੀਂ ਸੀ, ਨਿੱਕੇ ਨਿੱਕੇ ਟੋਟਿਆਂ 'ਚ ਵੰਡੇ ਗਏ ਸੀ, ਵਰਨ ਵੰਡ ਆ ਗਈ ਸੀ ਜੀ, ਇਸ ਕਰਕੇ ਉਹ ਨੁਕਸਾਨ ਹੋਇਆ। ਬਿਲਕੁਲ ਜੀ, ਹਾਂਜੀ ਜੀ, ਅਸੀਂ ਗੱਲ ਕਰ ਰਹੇ ਸੀ ਕਿ ਬਾਬਰ, ਜਿੱਦਾਂ ਬਾਬਰ ਬਾਣੀ ਜਿਹੜੀ ਆ ਉਹ ਜਿਹੜੀ ਆ ਮਨੁੱਖਤਾ, ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸ਼ਬਦ ਉਚਾਰੇ ਸੀ ਉਹ ਮਨੁੱਖਤਾ ਦੇ ਲਈ ਕਿੰਨਾ ਕੁ ਸੰਦੇਸ਼ ਦਿੰਦੇ ਸੀ ਕਿ ਹਜੇ ਸਰ ਮੇਰੇ ਖਿਆਲ ਵੀਰ ਜੀ ਨੇ ਇੱਕੋ ਹੀ ਸ਼ਬਦ ਦੀ ਵਿਆਖਿਆ ਕੀਤੀ ਹੈ, ਟਾਈਮ ਬਹੁਤ ਜਿਹੜਾ ਆ ਉਹ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਪਰ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਐਪੀਸੋਡ ਹੋਊਗਾ, ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਸਾਰੇ ਹੀ ਸ਼ਬਦ ਪੂਰੇ ਸੁਣਾਏ ਜਾਣ ਅਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਕਈ ਗੱਲਾਂ ਸ਼ਾਇਦ ਤੁਹਾਡੇ ਸੁਣਨ ਵਾਲਿਆਂ ਨੂੰ ਪਤਾ ਵੀ ਹੋਣਗੀਆਂ ਅਤੇ ਜਿਹੜੇ ਪ੍ਰੋਗਰਾਮ ਨੂੰ ਸੁਣਨਗੇ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਗਿਆਨ ਵਿੱਚ ਹੋਰ ਵਾਧਾ ਵੀ ਹੋਵੇਗਾ। ਪ੍ਰੋਗਰਾਮ ਕਰਦੇ ਕੋਲੋਂ ਸਾਡੇ ਕੋਲੋਂ ਅਗਰ ਕੋਈ ਵੱਧ ਘੱਟ ਲਫ਼ਜ਼ ਅਸੀਂ ਕਹਿ ਕੇ ਹੋ ਗਏ ਹੋਵਾਂਗੇ, ਅਣਜਾਣ ਜਾਂ ਕੋਈ ਸੋਝੀ ਨਹੀਂ ਸਮਝ ਨਹੀਂ, ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਜਿਹੜਾ ਆ ਖਾਲਸਾ ਰਾਜ ਕਿਵੇਂ ਬਣਿਆ ਇਸ ਦੇ ਪੂਰੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇੱਥੇ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂ, ਨਾ ਡਰੂ ਔਰ ਸੋ ਜਬ ਜਾਏ ਲੜੂ, ਨਿਸ਼ਚੇ ਕਰ ਆਪਣੀ ਜੀਤ ਕਰੂ।